ਜੀ ਬਲੇਸੀਉ ਜੈਮ ਸੀ ਦੀ ਸਾਰੇ ਭੈਣ ਭਰਾਵਾਂ ਨੂੰ ਨੌਜਵਾਨ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਡਾ ਬਹੁਤ ਨਿੱਘਾ ਸਵਾਗਤ ਕਰਦੇ ਆਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਵੈਲਕਮ ਕਰਦੇ ਆਂ ਕਿ ਪਿਤਾ ਪਰਮੇਸ਼ਰ ਜੀ ਨੇ ਕਿਹਾ ਆ ਕਿ ਜਿੱਥੇ ਵੀ ਮੇਰੇ ਨਾਮ ਦੇ ਵਿੱਚ ਦੋ ਜਾਂ ਤਿੰਨ ਇਕੱਠੇ ਹੁੰਦੇ ਆ ਮੈਂ ਉਹਨਾਂ ਦੇ ਵਿੱਚ ਘਰ ਆ ਆਮੇ ਸਵਾਪਾ ਉਹਦੇ ਵਾਅਦੇ ਨੂੰ ਹੋਰ ਚੀਜ਼ਾਂ ਦੇ ਵਿੱਚ ਵੀ ਆਪਾਂ ਬਹੁਤ ਕਲੇਮ ਕਰਦੇ ਆਂ ਤੇ ਇਹ ਵਾਅਦਾ ਵੀ ਆਪਾਂ ਪੂਰਾ ਕਰਦੇ ਆਂ ਕਿ ਪ੍ਰਭੂ ਦਾ ਵਚਨ ਜੇ ਕਹਿੰਦਾ ਆ ਤੇ ਉਹ ਕਰਦਾ ਆ ਅਮੇ ਜਿਉਂ ਉਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਵਿੱਚ ਆਂ ਤੇ ਉਹ ਹੈਗੇ ਆ ਸਪੱਜਕੀਨ ਕਰਨਾ ਭਰੋਸਾ ਕਰਨਾ ਯਾ ਤੇ ਫੇ ਉਦਾਂ ਹੀ ਉਹਨਾਂ ਨੂੰ ਆਨਰ ਵੀ ਕਰਨਾ ਹੈ ਬਹੁਤ ਵਾਰੀ ਅਸੀਂ ਬਚਨ ਕੋਟ ਕਰਦੇ ਆ ਪਰ ਮਗਰਵਾਨੀ ਚੇਤਾ ਭਲਾ ਬਹਿਤਦੇ ਕਿ ਪਰਮੇਸ਼ਰ ਸਾਡੇ ਵਿੱਚ ਆ ਸਾਡੇ ਨਾਲ ਰਹਿੰਦਾ ਆ ਤੇ ਫੇ ਅਸੀਂ ਆਪਣੀਆਂ ਮਰਜ਼ੀਆਂ ਕਰਦੇ ਆ ਅਮੇਨ ਬਸ ਸੱਚੀ ਗੱਲ ਇਹ ਹੈ ਕਿ ਉਹ ਹਰ ਵੇਲੇ ਕਹਿੰਦਾ ਮੈਂ ਹਰ ਵੇਲੇ ਤੇਰੇ ਨਾਲ ਹਾਜ਼ਰ ਉਹ ਮੈਂ ਇਦਾਂ ਕੋਟ ਕੀਤਾ ਕਿ ਉਹ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਇਕੱਠੇ ਆ ਮੈਂ ਉਹਨਾਂ ਦੇ ਵਿਚਕਾਰ ਹਾਂ ਪਰ ਬਚਨ ਵਿੱਚ ਇਹ ਵੀ ਲਿਖਿਆ ਕਿ ਮੈਂ ਦੁਨੀਆ ਦੇ ਅੰਤ ਤੱਕ ਤੁਹਾਡੇ ਨਾਲ ਹਾਜ਼ਰ ਤੇ ਉਹ ਸਭ ਕੁਝ ਜਾਣਦੇ ਆ ਸੋ ਆਪਾਂ ਜਦੋਂ ਉਹਨਾਂ ਦੀ ਹਜ਼ੂਰੀ ਤੇ ਬੈਠਦੇ ਆ ਤੇ ਆਪਾਂ ਉਹਨਾਂ ਨੂੰ ਆਨਰ ਕਰਨਾ ਇੱਜ਼ਤ ਦੇਣੀ ਆ ਇਹ ਨਹੀਂ ਦੇਖਣਾ ਇਸਾਨੂੰ ਕੋਈ ਦੇਖ ਨਹੀਂ ਰਿਹਾ ਇਹ ਦੇਖਣਾ ਕਿ ਮੈਂ ਆਪਣੇ ਪਿਤਾ ਪਰਮੇਸ਼ਰ ਦਾ ਆਦਰ ਮਾਨ ਕਰਨਾ ਹੈ ਉਹ ਮੇਰੇ ਨਾਲ ਆਮਨ ਜਦੋਂ ਸਾਡੇ ਇਹ ਅਚੀ ਚੀਜ਼ ਹੋਇਆ ਸੀ ਬਹੁਤ ਸਾਰੀਆਂ ਗਲਤ ਗੱਲਾਂ ਕਰਨ ਨੂੰ ਬਚ ਜਾਣਾ ਹੈ ਤੇ ਉਹਦੇ ਨਾਲ ਸਾਡੇ ਪਿਤਾ ਪਰਮੇਸ਼ਰ ਨੇ ਬਹੁਤ ਖੁਸ਼ ਹੋਣਾ ਹੈ ਕਈ ਵਾਰੀ ਬੱਚਾ ਉਦੋਂ ਗਲਤੀਆਂ ਕਰਦਾ ਹੁੰਦਾ ਉਹ ਸੋਚਦਾ ਹੁੰਦਾ ਕਿ ਮੈਨੂੰ ਕੋਈ ਦੇਖ ਹੀ ਨਹੀਂ ਰਿਹਾ ਤੇ ਜਦੋਂ ਮਾਪੇ ਹੁੰਦੇ ਕੋਲ ਜਦ ਵੱਡੇ ਹੁੰਦੇ ਆ ਤੇ ਉਹਨਾਂ ਦਾ ਜੀਵਨ ਡਿਫਰੈਂਟ ਹੁੰਦਾ ਹੈ ਪਰ ਆਪਾਂ ਇਦਾਂ ਦੇ ਨਾ ਹੋਈਏ ਆਪਾਂ ਵੀ ਪਿਤਾ ਪਰਮੇਸ਼ਰ ਦੇ ਬੱਚੇ ਆ ਤੇ ਆਪਾਂ ਉਦਾਂ ਦੇ ਹੋਈਏ ਜਿੱਦਾਂ ਦੇ ਅਸੀਂ ਐ ਪਰਮੇਸ਼ਰ ਨੂੰ ਖੋਸ਼ ਕਰ ਸਕਦੇ ਹਾਂ ਸੱਚਾਈ ਦੇ ਉੱਤੇ ਚੱਲਣ ਵਾਲੇ ਪਿਆਰ ਦੇ ਵਿੱਚ ਚੱਲਣ ਵਾਲੇ ਉਹਨੂੰ ਇੱਜ਼ਤ ਮਾਣ ਦੇਣ ਵਾਲੇ ਸੋ ਪਰਮੇਸ਼ਰ ਦੀ ਵਡਿਆਈ ਕਰਦੇ ਕਿ ਅੱਜ ਉਹਦਾ ਬਚਨ ਦੱਸਦਾ ਕਿ ਉਹ ਸਾਡੇ ਨਾਲ ਆਮੈਨ ਆਮੈਨ ਤੇ ਉਹਦੀ ਹਜ਼ੂਰੀ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਆ ਤੇ ਇੱਕ ਰਿਕੁਐਸਟ ਕਰਦੇ ਆ ਇਹ ਲਿੰਕ ਤੁਸੀਂ ਦੂਜਿਆਂ ਨਾਲ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਨਾਲ ਵੀ ਵੰਡੋ ਕਿਉਂਕਿ ਤੁਸੀਂ ਬlesed ਹੋਵੋ ਫਿਰ ਦੂਜਿਆਂ ਨੂੰ ਵੀ ਬlesed ਕਰੋ ਆਮਨ ਸੋ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਅੱਜ ਬਹੁਤ ਸੋਹਣਾ ਇੰਗਲੈਂਡ ਦੇ ਵਿੱਚ ਦਿਨ ਆ ਬਹੁਤ ਨਾਈਸ ਸਨ ਸਨੀ ਡੇ ਆ ਥੋੜੀ ਜਿਹੀ ਠੰਡ ਤਾਂ ਹੈਗੀ ਆ ਪਰ ਇੰਨੀ ਜ਼ਿਆਦਾ ਠੰਡ ਨਹੀਂ ਹੈਗੀ ਕੋਰਾ ਨਹੀਂ ਪਿਆ ਫੌਗ ਨਹੀਂ ਪਿਆ 스ਨੋ ਨਹੀਂ ਪਿਆ ਸੋ ਬਿਊਟੀਫੁਲ ਦਿਹਾ ਪ੍ਰਭੂ ਦੀ ਅੱਪਾ ਬੜੀ ਆਈ ਕਰਦੇ ਉਹਨੇ ਸਾਨੂੰ ਇਸ ਦਿਨ ਦੇ ਵਿੱਚ ਜਿੰਦੇ ਰੱਖਿਆ ਆ ਤੇ ਸਾਨੂੰ ਪਰਿਵਾਰਾਂ ਦੇ ਵਿੱਚ ਰੱਖਿਆ ਆ ਸਾਨੂੰ ਬਚਨ ਪੜਨ ਵਾਸਤੇ ਸੁਣਨ ਵਾਸਤੇ ਫ੍ਰੀ ਰੱਖਿਆ ਆ ਪ੍ਰਾਰਥਨਾ ਕਰ ਸਕਦੇ ਜਦੋਂ ਅਸੀਂ ਕਿੰਨੀ ਪ੍ਰਾਰਥਨਾ ਬਹੁਤ ਵੱਡੀ ਗੱਲ ਬਣਾ ਲੀਨੇ ਪ੍ਰਾਰਥਨਾ ਦੀ ਪਰ ਸਿੱਧੀ ਜਈ ਗੱਲ ਆ ਕਿ ਅਸੀਂ ਆਪਣੇ ਪਿਤਾ ਦੇ ਨਾਲ ਗੱਲਬਾਤ ਕਰਨੀ ਆ ਤੇ ਉਹਨਾਂ ਦੀ ਸੁਣਨੀ ਆ ਤੇ ਆਪਣੀ ਸੁਣਾਉਣੀ ਆ ਇੰਨਾ ਹੀ ਸੌਖਾ ਆ ਅਰ ਜਦੋਂ ਅਸੀਂ ਰਿਲੀਜੀਅਸ ਪੜਨਾ ਹੋਵੇ ਫਿਰ ਅਸੀਂ ਬਹੁਤ ਕੋਸ਼ਿਸ਼ ਆਪਣੇ ਆਪ ਨੂੰ ਪਰਟੈਂਜ ਦੇ ਵਿੱਚ ਪਾ ਲੈਣਾ ਇਦਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਇਦਾਂ ਅਰਦਾਸ ਕਰਨੀ ਚਾਹੀਦੀ ਕੋਈ ਕਾਨੂੰਨੀ ਆਪਣੇ ਪਿਤਾ ਦੇ ਨਾਲ ਗੱਲ ਕਰਨ ਦੀ ਇਦਾਂ ਹੀ ਆ ਕਿ ਅਸੀਂ ਆਪਣੇ ਪਿਤਾ ਦੇ ਨਾਲ ਉਹਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਉਹਦੇ ਵਿੱਚ ਹੀ ਗੱਲ ਕਰੀਏ ਉਹ ਸਾਡਾ ਪਿਤਾ ਆ ਤੇ ਅਸੀਂ ਉਹਦੇ ਬੱਚੇ ਆ ਸੋ ਜਦੋਂ ਅਸੀਂ ਪ੍ਰਾਰਥਨਾ ਕਹਿੰਦੇ ਆ ਇਹ ਹੀ ਮਤਲਬ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਆਪਾਂ ਪ੍ਰਾਰਥਨਾ ਕਰੀਏ ਪ੍ਰੇਅਰ ਕਰੀਏ ਇੱਕ ਵਰਡ ਆ ਜਿਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਆ ਕਿ ਅਸੀਂ ਪਰਮੇਸ਼ਰ ਨਾਲ ਗੱਲਬਾਤ ਕਰਨੀ ਆ ਜਿਹੜਾ ਸਾਡਾ ਪਿਤਾ ਹੈ ਸਵਰਗਾਂ ਦੇ ਵਿੱਚ ਉਹਦੇ ਨਾਲ ਗੱਲਬਾਤ ਕਰਨੀ ਆ ਤੇ ਉਹਦੀ ਸੁਣਨੀ ਆ ਪਰ ਜਿਹੜੀ ਅੱਜ ਆਪਾਂ ਬਾਈਬਲ ਸਟੱਡੀ ਕਰਨੀ ਆ ਇਹ ਬਚਨ ਉਹਨੇ ਸਾਨੂੰ ਦਿੱਤੇ ਆ ਲਿਖ ਕੇ ਦਿੱਤੇ ਆ ਤਾਂ ਕਿ ਅਸੀਂ ਚੇਤਨਾ ਭਲਾ ਲਈਏ ਜਦੋਂ ਅਸੀਂ ਇਸ ਦੁਨੀਆ ਦੇ ਵਿੱਚ ਜਦੋਂ ਸਾਨੂੰ ਮੂੰਹ ਚਵਾਨੀ ਕੋਈ ਚੀਜ਼ਾਂ ਦੱਸਦਾ ਹੈ ਕਈ ਵਾਰੀ ਇਨਸਾਨ ਤੋਂ ਭੁਲੇਖਾ ਲੱਗ ਸਕਦਾ ਹੈ ਕਈ ਵਾਰੀ ਸੁਣਨ ਵਿੱਚ ਭੁਲੇਖਾ ਲੱਗ ਸਕਦਾ ਹੈ ਕਈ ਵਾਰੀ ਗਲਤੀ ਹੋ ਸਕਦੀ ਹੈ ਮਿਸ ਅੰਡਰਸਟੈਂਡਿੰਗ ਹੋ ਸਕਦੀ ਹੈ ਪਰ ਜਦੋਂ ਰਿਟਨ ਵਰਡ ਨੂੰ ਅਸੀਂ ਸਟੱਡੀ ਕਰਦੇ ਆਂ ਦੇਖਦੇ ਆਂ ਤੇ ਅਸੀਂ ਆਪਣੇ ਆਪ ਨੂੰ ਵੀ ਸਹੀ ਕਰ ਸਕਦੇ ਤੇ ਦੂਜਿਆਂ ਦੇ ਨਾਲ ਵੀ ਸਹੀ ਤਰੀਕੇ ਨਾਲ ਰਹਿ ਸਕਦੇ ਆਂ ਆਮਨ ਤਾਂ ਹੀ ਸਾਨੂੰ ਬਾਈਬਲ ਦੀ ਨੋਲੇਜ ਹੋਣੀ ਜ਼ਰੂਰੀ ਆ ਕਾਂ ਕਿ ਅਸੀਂ ਇਸ ਜੀਵਨ ਦੇ ਵਿੱਚ ਜਿਹੜਾ ਜੀਵਨ ਰਹਿ ਰਹੇ ਆ ਇਸ ਦੁਨੀਆ ਦੇ ਵਿੱਚ ਜਿਹੜਾ ਜੀਵਨ ਰਹਿ ਰਹੇ ਆ ਉਹਨੂੰ ਉਦਾਂ ਰਹਿ ਸਕੀਏ ਜਿੱਦਾਂ ਪਿਤਾ ਪਰਮੇਸ਼ਰ ਸਾਨੂੰ ਚਾਹੁੰਦੇ ਆ ਇਹ ਜਿਹੜਾ ਪਿਆਰ ਦਾ ਸਨੇਹਾ ਆ ਸ਼ਾਂਤੀ ਦਾ ਸਨੇਹਾ ਆ ਸਾਨੂੰ ਗਾਈਡ ਕਰਦਾ ਆ ਸਾਨੂੰ ਡਰ ਤੋਂ ਆਜ਼ਾਦੀ ਦਿੰਦਾ ਇਹ ਸਾਰਾ ਕੁਝ ਇਸ ਬਚਨ ਦੇ ਵਿੱਚ ਹੈਗਾ ਆ ਪਰ ਪਤਾ ਉਦੋਂ ਲੱਗਣਾ ਜਦੋਂ ਅਸੀਂ ਇਹਦੀ ਸਟੱਡੀ ਕੀਤੀ ਜਦੋਂ ਅਸੀਂ ਇਹਨੂੰ ਪੜਿਆ ਅਸੀਂ ਇਹਦੇ ਬਾਰੇ ਚੰਨਣ ਲੱਗੇ ਤੁਸੀਂ ਜਦੋਂ ਕੰਮਾਂ ਤੇ ਜਾਂਦੇ ਆ ਆਪਰੇਟ ਕਰਦੇ ਆ ਮਸ਼ੀਨਾਂ ਨੂੰ ਪਰ ਉਧਰ ਤੁਹਾਨੂੰ ਇਕੱਲੀ ਮਸ਼ੀਨ ਹੀ ਲੱਗਣੀ ਆ ਪਰ ਜਦੋਂ ਤੁਸੀਂ ਉਹਦੇ ਬਾਰੇ ਜਾਣਨ ਲੱਪੇ ਉਹਦੇ ਬਾਰੇ ਸਿੱਖ ਲਿਆ ਆਪੇ ਆਪਰੇਟ ਕਰਨ ਲੱਪੇ ਤੇ ਫੇਰ ਤੁਹਾਡੇ ਰਿਜ਼ਲਟ ਵਧੀਆ ਹੋਣ ਲੱਪੇ ਨੇ ਫੇਰ ਤੁਹਾਨੂੰ ਕੰਮ ਆਉਣ ਲੱਪਣਾ ਪਰਮੇਸ਼ਰ ਦਾ ਬਚਨ ਵੀ ਸਾਡੇ ਲਈ ਇਦਾਂ ਹੀ ਆ ਉਦਾਂ ਨਹੀਂ ਲੋਕਾਂ ਨੇ ਕਹਿਣਾ ਇੱਕ ਬਾਈਬਲ ਹੀ ਆ ਧਰਮ ਗ੍ਰੰਥਵਾ ਕੋਈ ਫਾਇਦਾ ਨਹੀਂ ਹੋਣਾ ਜੇ ਇਹ ਸਾਡੇ ਜੀਵਨ ਦੇ ਵਿੱਚ ਅਸੀਂ ਪੜ੍ਹਦੇ ਨਹੀਂ ਜਾਂ ਜਾਣਦੇ ਨਹੀਂ ਆਮੇਨ ਸੋ ਆਜੋ ਆਪਾਂ ਬਾਈਬਲ ਸਟਡੀ ਦੇਖਦੇ ਆਂ ਪ੍ਰਭੂ ਜੀ ਅੱਜ ਆਪਾਂ ਨੂੰ ਕੀ ਬਚਨ ਲੈ ਕੇ ਆਏ ਆ ਤੇ ਕੀ ਸਿਖਾਲਦੇ ਆ ਤਾਂ ਕਿ ਸਾਡੀ ਨੋਲਿਜ ਵਧੇ ਤੇ ਅਸੀਂ ਉਹਨਾਂ ਦੇ ਨਾਲ ਹੋਰ ਵੀ ਚੰਗੇ ਤਰ੍ਹਾਂ ਜੁੜ ਸਕੀਏ ਤੇ ਉਹਨਾਂ ਦੇ ਆਠੇ ਦੇ ਵਿੱਚ ਰਹਿ ਸਕੀਏ ਸੋ ਮੈਂ ਲੂਕਾ ਦੀ ਕਿਤਾਬ ਲੂਕ ਚੈਪਟਰ 4 5 6 7 ਆਦਿ ਤਾਂ 3 ਆਦਿ ਪੜ੍ਹੂੰਗੀ ਓਕੇ ਜੀ ਲੂਕ ਚੈਪਟਰ 4 ਵਰਸ 5 6 7 ਹਾਂਜੀ ਤੇ ਜਿਹਦਾ ਮੈਂ ਕਹਿੰਦੀ ਹੁੰਨੀ ਆ ਜੇ ਤੁਹਾਡੇ ਕੋਲ ਵਾਈਬਲ ਹੈਗੀ ਆ ਠੀਕੋ ਪੜੋ ਨਹੀਂ ਤਾਂ ਤੁਸੀਂ ਇੱਕ ਬੋਕ ਲੈ ਪੈਨ ਲੈ ਕੇ ਹੁਣੇ ਲੈ ਸਕਦੇ ਆ ਰੱਖ ਹੋ ਸਕਦਾ ਤੁਸੀਂ ਰੱਖਿਆ ਵੀ ਹੋਵੇ ਉਹਨੂੰ ਲਿਖ ਲਓ ਤੇ ਫਿਰ ਸੁਣੋ ਤੇ ਮਗਰੋਂ ਤੁਸੀਂ ਆਪ ਪੜ ਸਕਦੇ ਆ ਇਥੇ ਇਦਾਂ ਲਿਖਿਆ ਤਸ਼ਤਾਨ ਨੇ ਉਹਨੂੰ ਉੱਚੀ ਥਾਂ ਲਿਜਾ ਕੇ ਉਹਨੂੰ ਦੁਨੀਆ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕ ਪਲ ਵਿੱਚ ਵਿਖਾਈਆਂ ਇਥੇ ਯਿਸੂ ਮਸੀਹ ਜੀ ਦੀ ਗੱਲ ਹੋ ਰਹੀ ਆ कि ਜਦੋਂ ਸ਼ਤਾਨ ਆਇਆ ਉਹਨਾਂ ਨੂੰ ਪਰਤਾਉਣ ਵਾਸਤੇ ਤੇ ਉਹਨਾਂ ਨੂੰ ਇੱਕ ਉੱਚੀ ਜਗ੍ਹਾ ਤੇ ਲੈ ਕੇ ਗਿਆ ਓਕੇ ਜੀ ਸੋ ਮੈਂ ਕਿਹਾ ਥੋੜੀ ਜਿਹੀ ਕਹੀਆਂ ਕਈ ਵਾਰੀ ਆਪਾਂ ਪਹਿਲੇ ਹੀ ਪਹਿਲੀ ਵਾਰੀ ਜੁੜੇ ਹੁੰਨੇ ਨਹੀਂ ਪਤਾ ਹੁੰਦਾ ਸੋ ਮੈਂ ਤਾਂ ਦੱਸਿਆ ਇਥੇ ਯਿਸੂ ਮਸੀਹ ਨੂੰ ਸ਼ਤਾਨ ਉੱਚੀ ਜਗ੍ਹਾ ਤੇ ਲੈ ਕੇ ਗਿਆ ਤਾਂ ਸ਼ਤਾਨ ਨੇ ਉਹਨੂੰ ਉੱਚੀ ਥਾਂ ਲਿਜਾ ਕੇ ਉਹਨੂੰ ਦੁਨੀਆਂ ਦੀਆਂ ਸਾਰੀਆਂ ਪਾਤਸ਼ਾਹੀਆਂ ਇੱਕੋ ਹੀ ਪਲ ਵਿੱਚ ਦਿਖਾਈਆਂ ਅਤੇ ਉਹਨੂੰ ਆਖਿਆ ਮੈਂ ਇਹ ਸਾਰਾ ਇਕਜ਼ਾਰ ਅਤੇ ਉਹਨਾਂ ਦੀ ਭੜਕ ਤੈਨੂੰ ਦਿਆਂਗਾ ਕਿਉਂਕਿ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਔਰ ਜਿਹਨੂੰ ਮੈਂ ਚਾਹੁੰਦਾ ਆ ਉਹਨੂੰ ਦਿੰਨਾ ਹੈ ਤਾਂ ਯਿਸੂ ਮਸੀਹ ਨਾਲ ਗੱਲ ਕਰ ਰਿਹਾ ਹੈ ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਸਭ ਕੁਝ ਤੇਰਾ ਹੋਵੇਗਾ ਯਿਸੂ ਮਸੀਹ ਨੂੰ ਸ਼ਤਾਨ ਮੱਥਾ ਟੇਕਣ ਨੂੰ ਕਹਿੰਦਾ ਤੇ ਲਾਲਚ ਦੇ ਰਿਹਾ ਹੈ ਕਿ ਆਸਾਰਾ ਕਹਿੰਮੈ ਤੇ ਨੂੰ ਦੇ ਸਾਖ ਨਾਸਤਾਨ ਕਿ ਨਾ ਯਿਸੂ ਮਜ਼ੀ ਨੂੰ ਕਿ ਜੇ ਤੂੰ ਮੈਨੂੰ ਮੱਥਾ ਟੇਕੇ ਤੇ ਸਭ ਕੁਛ ਤੈਨੂੰ ਦੇ ਦਊਗਾ ਮੈਂ ਥੋੜੇ ਜਿਹਾ ਤਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਕਿ ਕਿ ਗੱਲ ਸਹੀ ਨਹੀਂ ਲੱਗਦੀ ਆਮੈ ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤੇ ਇਹ ਸਭ ਕੁਛ ਤੇਰਾ ਹੋਊਗਾ ਸੋ ਆਪਾਂ ਪ੍ਰਭੂ ਦੇ ਵਚਨ ਨੂੰ ਫੇਰ ਦੇਖਾਂਗੇ ਪਾਸਟਰ ਜੀ ਇਹਦੇ ਬਾਰੇ ਕੀ ਕਹਿੰਦੇ ਆ ਪਰ ਬੈਕਗਰਾਉਂਡ ਮੈਂ ਇਹ ਹੀ ਦੱਸਿਆ ਕਿ ਇਥੇ ਕਿ ਪਰਤਾਵਾ ਯਿਸੂ ਮਸੀਹ ਨੂੰ ਸ਼ਤਾਨ ਵੱਲੋਂ ਆ ਰਿਹਾ ਹੈ ਤੇ ਸ਼ਤਾਨ ਇਹਦਾ ਸੋਚਦਾ ਯਿਸੂ ਮਸੀਹ ਨੂੰ ਕੁਝ ਪਤਾ ਹੀ ਨਹੀਂ ਹੈਗਾ ਜੋ ਮੈਂ ਕਹਿਣਾ ਇਹਨੇ ਕਰਿਆ ਹੀ ਲੈਣਾ ਹੈ ਪਰ ਉਹ ਚਿੱਤਾ ਭਲਾ ਬੈਠਦਾ ਹੈ ਕਿ ਉਹ ਸਭ ਕੁਝ ਜਾਣਨ ਵਾਲੇ ਆ ਅਮੇਨ ਅਮੇਨ ਸੋਪਾ ਪ੍ਰਾਰਥਨਾ ਕਰਦੇ ਆ ਤੇ ਫਿਰ ਆਪਾਂ ਪਾਸਟ ਜੀ ਨੂੰ ਕਹਿੰਦੇ ਆ ਕਿ ਉਹ ਸਾਡੇ ਨਾਲ ਬਚਨ ਸ਼ੇਅਰ ਕਰਨਗੇ ਆਜੋ ਆਪਾਂ ਆਪਣੇ ਆਪ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਨੀਵਾ ਕਰੀਏ ਸਜਦਾ ਕਰੀਏ ਉਹਨਾਂ ਨੂੰ ਤੇ ਆਪਣੇ ਆਪ ਨੂੰ ਖਾਲੀ ਕਰੀ ਆ ਸੱਚੇ ਪਿਤਾ ਪਰਮੇਸ਼ਰ ਜੀ ਇਸ ਦੁਨੀਆ ਨੂੰ ਸਜਣ ਵਾਲੇ ਸਾਨੂੰ ਸਜਣ ਵਾਲੇ ਅਸੀਂ ਤੁਹਾਡੇ ਅੱਗੇ ਆਉਂਦੇ ਆ ਔਰ ਜੇ ਸਾਡੇ ਦਿਲਾਂ ਦੇ ਵਿੱਚ ਇਸ ਵੇਲੇ ਕੋਈ ਵੀ ਗਨਾਹ ਜਾਂ ਗਲਤੀ ਆ ਜਿਹੜੀਆਂ ਗੱਲਾਂ ਤੁਹਾਨੂੰ ਨਹੀਂ ਪਾਉਂਦੀਆਂ ਜਿੱਥੇ ਅਸੀਂ ਮਿਸਟੇਕ ਕੀਤੀ ਆ ਤੁਸੀਂ ਆਓ ਤੇ ਸਾਨੂੰ ਦਿਖਾ ਲਓ ਤੇ ਸਾਨੂੰ ਮਾਫ ਵੀ ਕਰਦਾ ਤੇ ਪਿਤਾ ਪ੍ਰਭੂ ਜੀ ਅਸੀਂ ਮੰਗਦੇ ਆ ਕਿ ਐਸੇ ਵੇਲੇ ਤੁਸੀਂ ਸਾਡਾ ਜੀਵਨ ਸਹੀ ਕਰੋ ਸਾਡੀਆਂ ਗਲਤੀਆਂ ਨੂੰ ਮਾਫ ਕਰਦਾ ਤੁਹਾਡਾ ਪਵਿੱਤਰ ਆਤਮਾ ਸਾਡੀ ਸਾਨੂੰ ਗਾਈਡ ਕਰਨ ਤੇ ਪਵਿੱਤਰ ਆਤਮਾ ਜੀ ਤੁਸੀਂ ਆਓ ਤੇ ਕੱਲੇ-ਕੱਲੇ ਦੀ ਮਦਦ ਕਰੋ ਕਿ ਅਸੀਂ ਤੁਹਾਡੀ ਆਵਾਜ਼ ਸੁਣਨ ਨੂੰ ਕਾਲੇ ਹੋਈਏ ਔਰ ਆਖੇ ਲੱਗੇ ਉਸ ਵਚਨ ਦੇ ਉੱਤੇ ਜਿੱਦਾਂ ਤੁਸੀਂ ਲਿਖਿਆ ਹੈ ਜਿੱਦਾਂ ਤੁਸੀਂ ਸਾਨੂੰ ਕਮੋ ਅਸੀਂ ਚੱਲ ਸਕੀਏ ਆਪਣੇ ਜੀਵਨ ਦੇ ਵਿੱਚ ਉਸ ਵਚਨ ਨੂੰ ਪੂਰਾ ਕਰ ਸਕੀਏ ਆਓ ਪਿਤਾ ਪ੍ਰਭੂ ਜੀ ਤੁਸੀਂ ਸਾਡੀ ਮਦਦ ਕਰੋ ਜਿੰਨੇ ਵੀ ਸਾਡੇ ਨੌਜਵਾਨ ਭੈਣ ਭਰਾ ਬਜ਼ੁਰਗ ਸਾਨੂੰ ਸਾਡੇ ਨਾਲ ਬਾਈਬਲ ਸਟੱਡੀ ਕਰਨ ਨੂੰ ਜੁੜੇ ਆ ਸਾਨੂੰ ਵੀ ਸਾਨੂੰ ਸਾਰਿਆਂ ਨੂੰ ਬlesਸ ਕਰਨਾ ਔਰ ਸਮਝਣ ਦੇ ਕੰਨ ਦੇਣੇ ਔਰ ਬੋਲਣ ਦੀ ਤਾਕਤ ਦੇਣੀ ਪ੍ਰਭੂ ਕਿ ਅਸੀਂ ਉਹ ਅੱਖਰ ਬੋਲੀਏ ਜਿਹੜੇ ਇਸ ਵੇਲੇ ਤੁਹਾਡੇ ਵੱਲੋਂ ਆ ਔਰ ਅਸੀਂ ਕਿਤੇ ਵੀ ਮਿਸਟੇਕ ਨਾ ਕਰ ਸਕੇ ਪ੍ਰਭੂ ਤੇਰੀ ਕਿਰਪਾ ਚਾਹੁੰਦੇ ਆ ਤੇਰੀ ਕਿਰਪਾ ਤੋਂ ਬਗੈਰ ਅਸੀਂ ਤੇਰੇ ਬਚਨਾਂ ਨੂੰ ਸਮਝ ਨਹੀਂ ਸਕਦੇ ਨਾ ਅਸੀਂ ਕਿਸੇ ਨੂੰ ਸੁਣਾ ਸਕਦੇ ਆ ਪਰ ਤੁਹਾਡੀ ਕਿਰਪਾ ਮੰਗਦੇ ਆ ਕਿ ਸਾਨੂੰ ਸਮਝਣ ਦਾ ਬਹੁਤ ਅਕਲ ਦੇ ਤੇ ਬੋਲਣ ਦੀ ਵੀ ਬਹੁਤ ਅਕਲ ਦੇ ਤਾਂ ਕਿ ਅਸੀਂ ਸਾਰੇ ਜਣੇ ਰਲ ਕੇ ਇਸ वचन ਨੂੰ ਅੱਜ ਚੰਗੀ ਤਰ੍ਹਾਂ ਸਮਝ ਸਕੀਏ ਔਰ ਜਿੰਨੇ ਵੀ ਮੇਰੇ ਭੈਣ ਭਰਾਵਾਂ ਨੇ ਮਗਰੋਂ ਦੇਖਣਾ ਆ ਪਿਤਾ ਪਰਮੇਸ਼ਰ ਜੀ ਉਹਨਾਂ ਦੇ ਦਿਲਾਂ ਦੇ ਵਿੱਚ ਵੀ ਕੰਮ ਕਰਨਾ ਔਰ ਉਹਨਾਂ ਨੂੰ ਵੀ ਬਰਕਤ ਦੇਣੀ ਜੋ ਅੱਜ ਤੁਸੀਂ ਸਾਨੂੰ ਬਰਕਤ ਦੇ ਰਹੇ ਅਸੀਂ ਯਿਸੂ ਮਸੀਹ ਦੇ ਮਿੱਠੇ ਤੇ ਜਲਾਲੀ ਨਾਮ ਦੇ ਵਿੱਚ ਮੰਗਦੇ ਤੇ ਪਾਉਂਦੇ ਆ ਅਮਨ ਰਾਈਮ ਅਮਨ ਅਮਨ ਹਾਂਜੀ ਹallelujah praise the lord <coughs> ਜਦੋਂ ਆਪਾਂ ਇਹ ਬਾਈਬਲ ਸਟਡੀ ਸ਼ੁਰੂ ਕੀਤੀ ਸੀ ਅਥੋਰਿਟੀ 기ਵਨ ਟੂ ਮੈਨ ਬਹੁਤ ਗੜਬੜਾਇਆ ਕੰਪਿਊਟਰ ਖਰਾਬ ਹੋ ਗਿਆ ਯੈਸ ਇੰਟਰਨੈਟ ਖਰਾਬ ਹੋ ਗਈ ਤਾਂ ਕਈ ਹਫ਼ਤੇ ਦਾ ਨੰਗਾ ਜਿਹੜਾ ਵੀ ਅਸੀਂ ਮੈਸੀ ਦੇ ਨਹੀਂ ਸਕੇ ਫੇ ਲਾਸਟ ਵੀਕੇ ਵੀ ਜਿਹੜਾ ਸਾਡਾ ਗਵੰਡੀ ਸੀਗਾ ਉਹ ਪਤਾ ਨਹੀਂ ਆਪਣੇ ਘਰ ਕੀ ਕਰਦਾ ਟਿਕ ਟਿਕ ਹੋਈ ਗਈ ওকে ਤੇ ਜਦੋਂ ਅਸੀਂ ਉਹਨੂੰ ਪੁੱਛਣ ਗਏ ਵੀ ਜੇ ਉਹ ਬੰਦ ਕਰ ਸਕਦਾ ਥੋੜਾ ਚਿਰ ਤੇ ਉਹਨੇ ਬੁਹਾ ਹੀ ਨਹੀਂ ਖੋਲਿਆ ਡੋਰ ਨਹੀਂ ਖੋਲੀ ਸੋਈਥੋਂ ਪਰ ਦੇਖਦੇ ਆ ਸ਼ੈਤਾਨ ਨੇ ਬਹੁਤ ਰੁਕਾਵਟਾਂ ਪਾਈਆਂ ਵੀ ਇਹ ਮੈਸੇਜ ਤੁਹਾਡੇ ਤੇ ਪਹੁੰਚ ਨਾ ਸਕੇ ਇਹਦਾ ਮਤਲਬ ਬਹੁਤ ਖਾਸ ਹੈ ਬਹੁਤ ਇੰਪੋਰਟੈਂਟ ਹੈ ਜੀ ਅਸੀਂ ਇਹ ਜਾਣਨ ਲੱਪ ਹੈ ਤੇ ਸਾਨੂੰ ਪਤਾ ਲੱਗ ਜਾਣਾ ਵੀ ਅਸੀਂ ਸ਼ੈਤਾਨ ਉੱਤੇ ਫਤਿਹ ਪਾਈਆ ਇਸੂ ਮਸੀਹ ਨੇ ਸਾਨੂੰ ਆਥੋਰਿਟੀ ਦਿੱਤੀ ਹੋਈ ਆ ਤੇ ਅਸੀਂ ਉਸ ਆਥੋਰਿਟੀ ਦੇ ਵਿੱਚ ਉਸ ਅਖਤਿਆਰ ਦੇ ਵਿੱਚ ਚੱਲ ਸਕਦੇ ਆ ਆਮਨ ਸੋ ਜਿਹੜਾ ਅੱਜ ਦਾ ਮੈਸੇਜ ਹੋਣਾ ਜਿਹੜੇ ਅਸੀਂ ਪਿੱਛੇ ਟੀਚ ਕਰ ਹਟੇ ਨੀ ਲਈ ਉਹੋ ਹੀ ਸਾਰੇ ਆ ਪਰ ਅਸੀਂ ਇਹਨੂੰ ਸਮ ਅਪ ਕਰਦੇ ਇਕੱਠਾ ਕਰਦੇ ਸਾਰਾ ਹੀ ਜੇ ਤੁਸੀਂ ਮਿਸ ਵੀ ਕਰ ਗਏ ਜਾਂ ਡਿਸਟਰਬੈਂਸ ਸੀਗਾ ਆਹ ਮੈਸੇਜ ਬਹੁਤ ਖਿਆਲ ਨਾਲ ਸੁਣਨਾ ਹੂੰ ਹੋ ਸਕਦਾ ਹੋਵੇ ਤਾਂ ਦੋ ਤਿੰਨ ਵਾਰੀ ਸੁਣਨਾ 10 ਵਾਰੀ ਵੀ ਸੁਣ ਲੈਣਾ ਜਿੰਨਾ ਸੀ ਕਿ ਤੁਹਾਡੇ ਅੰਦਰ ਨਹੀਂ ਬਿੰਦਾ ਹੈਗਾ ਜਦੋਂ ਸਾਨੂੰ ਇਹਦੀ ਸਮਝ ਲੱਗਣ ਲੱਪਈ ਤੇ ਸਾਨੂੰ ਪਤਾ ਲੱਗਣਾ ਪੜਾ ਇੱਕ ਸਾਡੇ ਕੋਲ ਅਥਾਰਟੀ ਇੱਕ ਸਾਡੇ ਕੋਲ ਇਕਤਿਆਰ ਆ ਜਿਹਦੇ ਨਾਲ ਅਸੀਂ ਜੋ ਵੀ ਮਸੀਬਤਾਂ ਜੋ ਵੀ ਸ਼ਤਾਨ ਦੀਆਂ ਸ਼ਕਤੀਆਂ ਹੁੰਦੀਆਂ ਆ ਅਸੀਂ ਉਹਨਾਂ ਤੇ ਫਤਿਹ ਪਾ ਸਕਦੇ ਆ ਅਮਨ ਸੋ ਆਹ ਜਿਹੜਾ ਮੈਸੇਜ ਬਹੁਤ ਖਾਸ ਹੈ ਬਹੁਤ ਇੰਪੋਰਟੈਂਟ ਹੈ ਤੇ ਤੁਸੀਂ ਜਰੂਰ ਇਹ ਕਿਆਲ ਦੇ ਨਾਲ ਸੁਣਨਾ ਹੈ ਤੇ ਦੂਸਰੇ ਇੰਦ ਕੋਲ ਵੀ ਪਹੁੰਚਾਉਣਾ ਹੈ ਬਹੁਤ ਲੋਕੀ ਇਸ ਵੇਲੇ ਡਾਕਟਰੀ ਗਲੀਬ ਵਿੱਚ ਦੀ ਜਾ ਰਹੇ ਆ ਜਿਉਂ ਨਹੀਂ ਇਹ ਮੈਸੇਜ ਸੁਣ ਲਿਆ ਤੇ ਉਹ ਬਹੁਤ ਛੇਤੀਓਂ ਚੋਂ ਨਿਕਲ ਸਕਦੇ ਆ ਸੋ ਇਸ ਕਰਕੇ ਸਾ ਇਹ ਤਗੀਦ ਕਰਦੇ ਆ ਪਲੀਜ਼ ਜਿੰਨੇ ਵੀ ਤੁਹਾਡੇ ਕੰਟੈਕਟ ਹੈਗੇ ਆ ਸਾਰਿਆਂ ਨੂੰ ਇਹੇ ਭੇਜ ਦੇਣਾ ਤੇ ਉਹ ਵੀ ਗਾਹਾਂ ਪਾ ਕੇ ਤਾਂ ਉਹ ਵੀ ਫਤਿਹ ਜੀਵਨ ਦੇ ਵਿੱਚ ਰਹਿ ਸਕਣ ਓਕੇ ਸੋ ਜਰੂਰ ਇਸ ਮੈਸੇਜ ਨੂੰ ਮੋਰੇ ਭੇਜਣਾ ਫੇ ਟਿਕਨ ਲਾਈਕ ਵੀ ਕਰਨਾ ਫਿਰ ਜਦੋਂ ਫੇਸਬੁੱਕ ਤੇ ਹੁੰਦਾ ਪਰ ਟਿਕਨ ਲਾਈਕ ਕਰਦੇ ਆ ਫਿਰ ਹੋਰ ਨਾਲ ਦੇ ਕੋਲ ਵੀ ਛੇਤੀ ਪਹੁੰਚਾਉਂਦੇ ਆ ਉਹ ਜੇ ਅਸੀਂ ਨਹੀਂ ਟਿਕਨ ਲਾਈਕ ਕਰਦੇ ਹੈਗੇ ਫਿਰ ਇਹਨਾਂ ਨਹੀਂ ਪਹੁੰਚਾਉਂਦੇ ਹੈਗੇ ਕਿਉਂਕਿ ਉਹ ਕਹਿੰਦੇ ਵੀ ਲੋਕੀ ਪਸੰਦ ਨਹੀਂ ਕਰਦੇ ਹੈਗੇ ਸੋ ਟਿਕਨ ਲਾਈਕ ਵੀ ਕਰਨਾ ਤਾਂ ਫਿਰ ਇਹ ਹੋਰ ਨਾਲ ਲੋਕਾਂ ਦੇ ਕੋਲ ਵੀ ਪਹੁੰਚੂਗਾ ਇਹ ਤੁਹਾਡੀ ਇੱਕ ਜੌਬ ਹੈ ਇੱਕ ਡਿਊਟੀ ਆ ਜਿਹੜੀ ਤੁਸੀਂ ਕਰ ਸਕਦੇ ਆ ਯਿਸੂ ਮਸੀਹ ਵਾਸਤੇ ਵੀ ਸਾਡੇ ਭੈਣ ਭਰਾਵਾਂ ਦੀ ਮਦਦ ਹੋ ਸਕੇ ਸੋ ਜੋ ਅਸੀਂ ਅੱਜ ਸਿੱਖਦੇ ਆਏ ਆ ਉਹ ਇਹ ਆ ਜਦੋਂ ਪਰਮੇਸ਼ਰ ਨੇ ਦੁਨੀਆ ਬਣਾਈ ਸੀ ਤੇ ਉਹਨੇ ਜਿਹੜਾ ਅਖਤਿਆਰ ਸੀਗਾ ਧਰਤੀ ਦੇ ਉੱਤੇ ਉਹ ਆਦਮ ਨੂੰ ਦੇ ਦਿੱਤਾ ਸੀਗਾ ਪਰ ਆਪਾਂ ਜਿੱਦਾਂ ਦੇਖਿਆ ਸੀਗਾ ਆਪਾਂ ਅੱਗੇ ਦੇਖ ਚੁੱਕੇ ਆ ਅੱਜ ਵੀ ਫਿਰ ਦੇਖਾਂਗੇ ਪਰ ਉਹ ਜਿਹੜਾ ਸ਼ੈਤਾਨ ਜਿਹ ਉਹ ਆਦਮ ਨੂੰ ਦਤਾਸੀ ਸ਼ੈਤਾਨ ਨੇ ਉਹ ਤੋਂ ਜਿੱਤ ਲਿਆ ਉਹ ਤੋਂ ਉਹ ਤੋਂ ਆਪਾਂ ਕੈਸਾ ਦੇਹਰੇ ਫੇਰੀ ਕਰਕੇ ਝੂਠ ਬੋਲ ਕੇ ਜਿੱਦਾ ਮਰਜ਼ੀ ਰੱਖ ਲਓ ਪਰ ਉਹ ਤੋਂ ਲੈ ਲਿਆ ਤੇ ਹੋ ਸਕਦਾ ਤੁਸੀਂ ਕਹੋ ਪਾਸਟਰ ਜੀ ਸਾਨੂੰ ਬਾਈਬਲ ਦੇ ਵਿੱਚੋਂ ਦਿਖਾ ਲਓ ਆਪਾਂ ਸਭ ਕੁਝ ਬਾਈਬਲ ਜੋ ਹੁਣੇ ਪੜ੍ਹ ਕੇ ਛੱਡੇ ਆ ਪਰ ਆਪਾਂ ਫੇਰ ਪੜ੍ਹਾਂਗੇ ਤੁਹਾਨੂੰ ਬਹੁਤ ਕਲੀਅਰਲੀ ਬਾਈਬਲ ਦੇ ਵਿੱਚੋਂ ਦਿਖਾ ਲਾਂਗੇ ਜੇ ਕੋਈ ਚ ਵੀ ਤੁਸੀਂ ਬਾਈਬਲ ਦੇ ਵਿੱਚੋਂ ਨਹੀਂ ਪਾ ਸਕਦੇ ਹੈਗੇ ਤੁਸੀਂ ਯਕੀਨ ਨਾ ਰੱਖਿਓ ਕਰਕੇ ਅਸੀਂ ਆਦਮੀਆਂ ਦੇ ਉੱਤੇ ਯਕੀਨ ਨਹੀਂ ਰੱਖਦੇ ਹੈਗੇ ਅਸੀਂ ਬਾਈਬਲ ਦੇ ਉੱਤੇ ਯਕੀਨ ਰੱਖਣ ਵਾਲੇ ਆ ਸੋ ਇਹ ਹੀ ਮੈਂ ਤੁਹਾਨੂੰ ਸਲਾਹ ਦਿੰਨਾ ਆ ਜਦੋਂ ਕੋਈ ਵੀ ਤੁਸੀਂ ਪ੍ਰਚਾਰ ਸੁਣਦੇ ਹੋ ਕੋਈ ਵੀ ਟੀਚਿੰਗ ਸੁਣਦੇ ਆ ਉਹ ਬਾਈਬਲ ਬੇਸਡ ਚਾਹੀਦੀ ਆ ਸਾਨੂੰ ਬਾਈਬਲ ਦੇ ਵਿੱਚੋਂ ਦੇਖਣਾ ਚਾਹੀਦਾ ਸਾਡੀ ਨੇਚਾ ਪਰਮੇਸ਼ਰ ਦੇ ਬਚਨ ਦੇ ਵਿੱਚ ਚਾਹੀਦੀ ਆ ਅਮਨ ਜਗਦੀਸ਼ ਦੀਆਂ ਗੱਲਾਂ ਦੇ ਵਿੱਚ ਨਹੀਂ ਓਕੇ ਜਾਂ ਹੋਰ ਕਿਸੇ ਦੀਆਂ ਗੱਲਾਂ ਦੇ ਵਿੱਚ ਨਹੀਂ ਪਰ ਇਹ ਸਾਨੂੰ ਬਾਈਬਲ ਦੇ ਵਿੱਚ ਚਾਹੀਦੀ ਆ ਸੋ ਆਪਾਂ ਹੁਣ ਪੜ ਕੇ ਹਟਿਆ ਲੂਕਾ ਦੀ ਕਿਤਾਬ ਦੇ ਵਿੱਚੋਂ ਇੱਥੇ ਜਦੋਂ ਯਿਸੂ ਮਸੀਹ ਨੂੰ ਸ਼ੈਤਾਨ ਪਰਤਾਉਣ ਪਰਚਾਉਂਦਾ ਆ ਤੇ ਉਹ ਉਹਨੂੰ ਬਹੁਤ ਚੀਜ਼ਾਂ ਦਿਖਾਉਂਦਾ ਆ ਦੁਨੀਆ ਦੀਆਂ ਸਾਰੀਆਂ ਚੰਗੀਆਂ-ਚੰਗੇ ਚੀਜ਼ਾਂ ਇੱਕ ਪਲ ਦੇ ਵਿੱਚ ਦਿਖਾ ਦਿੰਦਾ ਆ ਫਿਰ ਇੱਕ ਅਜੀਬ ਚੀਜ਼ ਕਹਿੰਦਾ ਆ ਜਿਹੜੀ ਆਪਾਂ ਨੂੰ ਜੀ ਆਪਾਂ ਕੇ ਸਟੱਡੀ ਨਹੀਂ ਕੀਤੀ ਤੇ ਉਹ ਜੀਵ ਲੱਗਣੀ ਆ ਓਕੇ ਸੋ ਆਪਾਂ 6ਵੇਂ ਆਇਤ ਦੇ ਵਿੱਚ ਪੜ੍ਹਦੇ ਆ ਹਾਂਜੀ ਲੂਕਾ ਚਾ ਲੂਕ 4:6 ਹਾਂਜੀ ਲੂਕਾ ਦੀ ਕਿਤਾਬ ਜਿਹੜੀ ਅੱਗੇ ਆਪਾਂ ਪੜ੍ਹੀ ਆ ਉਹਦਾ ਚੌਥਾ ਚੈਪਟਰ ਹੈ ਤੇ 6ਵੀਂ ਆਇਤ ਪੜ੍ਹਨ ਲੱਗਣੀ ਮੈਂ 6ਵੀਂ ਆਇਤ ਅਤੇ ਉਹਨੂੰ ਆਖਿਆ ਮੈਂ ਇਹ ਸਾਰਾ ਅਕਤਿਆਰ ਅਤੇ ਉਹਨਾਂ ਦੀ ਭੜਕ ਤੈਨੂੰ ਦਿਆਂਗਾ ਕੀ ਕਹਿੰਦਾ ਮੈਂ ਇਹ ਸਾਰਾ ਅਕਤਿਆਰ ਉਹ ਇਦਾਂ ਨਹੀਂ ਕਹਦਾ ਮੈਂ ਤੈਨੂੰ ਪਾਵਰ ਦੇਵਾਂਗਾ ਜਾਂ ਮੈਂ ਚੀਜ਼ਾਂ ਤੈਨੂੰ ਦੇ ਦੂੰਗਾ ਨਹੀਂ ਕਹਿੰਦਾ ਮੈਂ ਉਹਦਾ ਅਕਤਿਆਰ ਉਹਨਾਂ ਚੀਜ਼ਾਂ ਨੂੰ ਤੇ ਦੇ ਦੂੰਗਾ ਹਾਂਜੀ ਹੋਰ ਪੜਿਓ ਅਤੇ ਉਹਨਾਂ ਦੀ ਭੜਕ ਤੈਨੂੰ ਦਿਆਂਗਾ ਕਿਉਂ ਜੋ ਇਹ ਮੇਰੇ ਵਸ ਵਿੱਚ ਕੀਤਾ ਹੋਇਆ ਹੈ ਆਮੈਂ ਮੇਰੇ ਵਸ ਤੇ ਵਿੱਚ ਕੀਤਾ ਆ ਕਿਹੜੇ ਕੀਤਾ ਸੀਗਾ ਆਦਮ ਨੇ ਵਸ ਵਿੱਚ ਕੀਤਾ ਸੀ ਇਹਦੇ ਬਦਲੇ ਸ਼ਤਾਨ ਕੀ ਚਾਹੁੰਦਾ ਆ ਇਨ ਰਿਟਰਨ ਉਹਦੇ ਬਦਲੇ ਦੇ ਵਿੱਚ ਕੀ ਚਾਹੁੰਦਾ ਆ ਉਹ ਇਥੇ ਸ਼ਤਾਨ ਨੇ ਬਸ ਵਿੱਚ ਕੀਤਾ ਸੀ ਹਾਂਜੀ ਇਥੇ ਸ਼ਤਾਨ ਨੇ ਬਸ ਵਿੱਚ ਕੀਤਾ ਹੈ ਹਾਂਜੀ ਹਾਂਜੀ ਇਹ ਦੇਣ ਨੂੰ ਉਹ ਯਿਸੂ ਨੂੰ ਸੀ ਨੂੰ ਕਹਿੰਦਾ ਮੈਂ ਤੈਨੂੰ ਇਹ اختیار ਦੇਣਾ ਆ ਪਰ ਉਹਦੇ ਵਾਸਤੇ ਕੀ ਮੰਗਦਾ ਉਹ ਹਮ ਅੱਜਕੱਲ ਸਾਡੇ ਤੋਂ ਵੀ ਉਹੀ ਮੰਗਦਾ ਆ ਸਤਵੇਂ ਆਇਤ ਵਰਸ 7 ਕਿਉਂਕਿ ਜੋ ਇਹ ਮੇਰੇ ਵੱਸ ਵਿੱਚ ਕੀਤਾ ਹੋਇਆ ਹੈ ਔਰ ਮੈਂ ਜੇਨੂੰ ਚਾਹੁੰਦਾ ਆ ਉਹਨੂੰ ਦਿੰਦਾ ਆ ਸੋ ਜੇ ਤੂੰ ਮੇਰੇ ਅੱਗੇ ਮੱਥਾ ਟੇਕੇ ਤਾਂ ਸਭ ਕੁਝ ਤੇਰਾ ਹੋਵੇਗਾ ਆ ਮੈਂ ਕੀ ਚਾਹੁੰਦਾ ਆ ਮੇਰੇ ਮੋਰੇ ਮੱਥਾ ਟੇਕੇ ਅੱਜ ਵੀ ਇਹ ਸਾਰਿਆਂ ਨਾਲ ਵੱਡਾ ਰੌਲਾ ਆ ਸ਼ੈਤਾਨ ਚਾਹੁੰਦਾ ਅਸੀਂ ਉਹਨੂੰ ਪੂਜੀਏ ਅਸੀਂ ਉਹਨੂੰ ਮੱਥਾ ਟੇਕੀਏ ਤੇ ਉਹ ਬਹੁਤ ਡਿਫਰੈਂਟ ਸ਼ਕਲਾਂ ਦੇ ਵਿੱਚ ਆਉਂਦਾ ਆ। ਤੇ ਉਹ ਚੌਣਾ ਵੀ ਅਸੀਂ ਉਹਨੂੰ ਪੂਜਣ ਲੱਗੀ ਐ। ਉਹ ਬਹੁਤ ਖੁਸ਼ ਐ ਜਦੋਂ ਅਸੀਂ ਇਹਨੂੰ ਪੂਜਦੇ ਆਂ ਪਰ ਯਿਸੂ ਮਸੀਹ ਨੇ ਉਹ ਇਹਦੇ ਧੋਖੇ ਵਿੱਚ ਆਇਆ ਨਹੀਂ ਹੈਗਾ। ਉਹਨੂੰ ਉਹ ਧੋਖਾ ਦੇ ਨਹੀਂ ਸਕਿਆ ਹੈਗਾ। ਕਰਕੇ ਯਿਸੂ ਮਸੀਹ ਤਾਂ ਉਹਨੂੰ ਬਣਾਇਆ ਸੀਗਾ ਤੇ ਹੁਣ ਉਹਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦਾ ਆ। ਓਕੇ ਮੈਂ ਕਿਹਾ ਸੀ ਵੀ ਇਹ ਆਦਮ ਦੇ ਕੋਲੋਂ ਆਇਆ ਸੀ। ਪਰਮੇਸ਼ਰ ਨੇ ਆਦਮ ਨੂੰ ਦਿੱਤਾ ਸੀ ਇਖਤਿਆਰ ਤੇ ਆਦਮ ਨੇ ਸ਼ਤਾਨ ਦੇ ਕੋਲ ਹਾਰ ਗਿਆ ਆਪਾਂ ਜੈਨੇਸਿਸ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਤੇ ਉਹਦੀ ਪਹਿਲਾ ਹੀ ਚੈਪਟਰ ਤੇ ਉਹਦੀ 26 27 ਤੇ 28 ਆਇਤ ਪੜਾਂਗੇ ਹਾਂਜੀ ਉਤਪਤ ਦੀ ਕਿਤਾਬ ਉਹਦਾ ਪਹਿਲਾ ਚੈਪਟਰ 25 26 ਐਂਡ 27 ਸੋ ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਹਨਾਂ ਦੇ ਜੈਂਸ ਦੇ ਅਨੁਸਾਰ ਔਰ ਡੰਗਰਾਂ ਨੂੰ ਉਹਨਾਂ ਦੇ ਜੈਂਸ ਦੇ ਅਨੁਸਾਰ ਔਰ ਜ਼ਮੀਨ ਦੇ ਸਾਰੇ ਘਿਸਰਨ ਵਾਲਿਆਂ ਨੂੰ ਉਹਨਾਂ ਦੇ ਜੈਂਸ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਦੇਖਾ ਕਿ ਚੰਗਾ ਹੈ ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਸ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੀਆਂ ਪੰਛੀਆਂ ਉੱਤੇ ਅਤੇ ਡੰਗਰਾ ਉਤੇ ਸਗੋ ਸਾਰੀ ਧਰਤੀ ਦੇ ਉਤੇ ਧਰਤੀ ਪਰ ਕਿਸਨ ਵਾਲਿਆਂ ਉਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉਤੇ ਉਤਪਤ ਕੀਤਾ। ਪਰਮੇਸ਼ਰ ਦੇ ਸਰੂਪ ਉਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸ ਨੇ ਉਹਨਾਂ ਨੂੰ ਉਤਪਤ ਕੀਤਾ। ਆਮੀਨ। ਸੋ ਪਰਮੇਸ਼ਰ ਨੇ ਸਭ ਕੁਝ ਬਣਾ ਕੇ ਤਾਂ ਆਦਮ ਨੂੰ ਤੇ ਈਵ ਨੂੰ ਦਿੱਤਾ। ਉਨੀ ਰਾਜ ਕਰਨਾ ਹੈ ਜਿੱਦਾਂ ਉਹ ਕਹਿਣਗੇ ਉਦਾਂ ਹੀ ਹੋਣੀ ਆ ਉਹਨਾਂ ਦੇ ਕੋਲ ਆਪਾਂ ਕਹਿ ਸਕਦੇ ਆ ਅਥਾਰਟੀ ਆ ਪਰ ਉਹ ਤੀਸਰੇ ਚੈਪਟਰ ਚ ਜੱਪਾ ਪੜ੍ਹਨੀ ਨਹੀਂ ਹੈਗੀ ਤੁਸੀਂ ਪੜ੍ਹ ਸਕਦੇ ਆ ਤੀਸਰੇ ਚੈਪਟਰ ਦੇ ਵਿੱਚ ਉਹ ਅਥਾਰਟੀ ਹਾਰ ਜਾਂਦੇ ਆ ਸ਼ੈਤਾਨ ਉਹਨਾਂ ਨੂੰ ਧੋਖਾ ਦਿੰਦਾ ਸੱਪ ਦੀ ਸ਼ਕਲ ਚ ਆ ਕੇ ਤੇ ਉਹ ਹਾਰ ਜਾਂਦੇ ਆ ਤਾਂ ਹੀ ਇੱਥੇ ਸ਼ੈਤਾਨ ਕਹਿੰਦਾ ਜੀਜ਼ਸ ਨੂੰ ਲੂਕਾ ਦੀ ਕਿਤਾਬ ਦੇ ਵਿੱਚ ਉਹ ਚੌਥੇ ਚੈਪਟਰ ਚੋਂ ਵਜੋਂ ਪੜ੍ਹ ਕੇ ਆਦੇ ਆ ਕਹਿੰਦਾ ਮੈਨੂੰ ਦਿੱਤੀ ਗਈ ਸੀ ਅਥਾਰਟੀ ਕਹਿੰਦੀ ਸੀ ਪਰਮੇਸ਼ਰ ਨੇ ਆਦਮ ਨੂੰ ਦਿੱਤੀ ਸੀ ਆਦਮ ਤੋਂ ਉਹਨੇ ਲੈ ਲਈ ਜਿਆਦੀ ਉਹਦੇ ਕੋਲੇ ਸੀਗੇ ਸੋ ਪਰੇਸ਼ੁ ਪਰਮੇਸ਼ਰ ਦੀ ਬੜਾਈ ਹੋਵੇ ਪਰਮੇਸ਼ਰ ਦੇ ਕੋਲ ਇੱਕ ਜੋਜਰਾ ਸੀ ਇੱਕ ਪਲਾਨ ਸੀਗਾ ਬਈ ਅਥੋਰਟੀ ਆਦਮੀ ਵਾਸਤੇ ਉਹ ਮੋੜ ਕੇ ਕਦੋਂ ਲੈਣੀ ਆ ਕਿੱਦਾਂ ਲੈਣੀ ਆ ਠੀਕ ਉਹ ਉਹ ਪਰਮੇਸ਼ਰ ਦਾ ਪਲਾਨ ਸੀਗਾ ਉਹਦੇ ਵਾਸਤੇ ਉਹਨੇ ਯਿਸੂ ਮਸੀਹ ਨੂੰ ਭੇਜਿਆ ਸੀ ਆਮੇਨ ਤੇ ਯਿਸੂ ਮਸੀਹ ਉਹ ਅਥਾਰਟੀ ਬਾਬਸ ਲੈਂਦਾ ਆ ਜਦੋਂ ਕ੍ਰੋਸ ਉੱਤੇ ਮਾਰਿਆ ਜਾਂਦਾ ਉਹ ਸਾਡੇ ਪਾਪਾਂ ਦੀ ਕੀਮਤ ਦੇਂਦਾ ਆ ਜੋ ਵੀ ਆਦਮੀ ਦੇ ਕੋ ਰੋਂਗ ਹੋਇਆ ਸੀ ਗਲਤ ਹੋਇਆ ਸੀ ਉਹ ਸਭ ਕੁਝ ਠੀਕ ਕਰ ਦਿੰਦਾ ਆ ਕੀਮਤ ਦੇਂਦਾ ਆ ਤੇ ਫੇਰ ਜਦੋਂ ਉਹ ਸ਼ਤਾਨ ਦੇ ਮੋਰੇ ਜਾਂਦਾ ਆ ਸ਼ਤਾਨ ਦੇ ਖਿਆਲ ਚ ਵੀ ਉਹਨੂੰ ਮਾਰ ਦਿੱਤਾ ਹੁਣ ਉਹਨੂੰ ਸਦਾ ਵਾਸਤੇ ਨਾਰਕਾਂ ਦੇ ਵਿੱਚ ਰੱਖੂਗਾ ਪਰ ਨਹੀਂ ਉਨੇ ਸ਼ਤਾਨ ਦੇ ਕੋਲ ਜਾ ਕੇ ਉਹ ਕੁੰਜੀਆਂ ਲੈ ਲਈਆਂ ਆਮਨ ਆਥਾਰਟੀ ਲੈ ਲਈ ਤੇ ਹੁਣ ਉਹ ਯਿਸੂ ਮਸੀਹ ਕਹਿੰਦਾ ਉਹ ਆਥਾਰਟੀ ਮੈਨੂੰ ਵਾਪਸ ਮਿਲ ਗਈ ਆ ਉਹ ਆਥਾਰਟੀ ਮੇ ਕੋਹਣ ਫੇ ਮਿਲ ਗਈ ਆ ਆਪਾਂ ਮਥੀ ਦਾ ਚੈਪਟਰ ਮੈਥਿਊ ਚੈਪਟਰ 18 uh, 28 ਵਰਸ 18 ਪੜ੍ਹਦੇ ਪਹਿਲਾਂ ਹਾਂਜੀ ਮੈਥਿਊ 28 ਵਰਸ 18 ਮਤੀ 28 ਤੇ ਉਹਦਾ 18ਵੀਂ ਆਇਤ ਪੜ੍ਹਨ ਲੱਗੀਆਂ ਅਤੇ ਯਿਸੂ ਨੇ ਕੋਲ ਆਣ ਕੇ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਆਖਿਆ ਆਕਾਸ਼ ਅਤੇ ਧਰਤੀ ਦਾ ਸਾਰਾ ਇਤਿਆਰ ਮੈਨੂੰ ਦਿੱਤਾ ਗਿਆ ਹੈ ਆਮੇਨ ਸਵਰਗਾਂ ਦੀ ਅਥਾਰਟੀ ਪਰਮੇਸ਼ੁਰ ਪਿਤਾ ਨੇ ਉਹਨੂੰ ਦਿੱਤੀ ਹੋਈ ਸੀਗੀ ਹੁਣ ਧਰਤੀ ਦੇ ਵੀ ਉਹਨੂੰ ਉਹ ਮੁੜ ਕੇ ਮਿਲ ਗਈ ਆ ਆਮੇਨ ਉਹ ਮੁੜ ਕੇ ਉਹਨੇ ਜਿੱਤ ਲਈ ਆ ਆਮੇਨ ਸ਼ੈਤਾਨ ਨੂੰ ਹਰਾਤਾ ਆ ਇਹ ਯਿਸੂ ਮਸੀਹ ਨੇ ਸਾਡੇ ਵਾਸਤੇ ਕੀਤਾ ਆ ਇਆਪਾ ਕੀਰਵਾਤ ਜਾ ਕੇ ਦੇਖਣਾ ਇਹ ਕਿਹਦੇ ਵਾਸਤੇ ਆ ਕੌਣ ਇਹ ਅਥਾਰਟੀ ਲੈ ਸਕਦਾ ਆ ਜਿਨੀ ਜਿਨੀ ਪਰਮੇਸ਼ਰ ਦੇ ਨਾਲ ਆਪਣਾ ਰਿਸ਼ਤਾ ਠੀਕ ਕੀਤਾ ਆ ਕੱਲੇ ਉਹ ਹੀ ਇਹ ਇਖਤਿਆਰ 받 ਸਕਦੇ ਆ ਹੋਰ ਕੋਈ ਨਹੀਂ 받 ਸਕਦਾ ਹੈਗਾ ਸੋ ਆਪਾਂ ਦੇਖਦੇ ਆ ਇੱਥੇ 19 ਤੇ 20 ਅਧਿਆਇ ਦੇ ਵਿੱਚ ਵੇਸ ਚੈਪਟਰ 28 ਵੇਸ 19 ਐਂਡ 20 ਯਿਸੂ ਮਸੀਹ ਜਦੋਂ ਅਥਾਰਟੀ ਉਹ ਨੂੰ ਮਿਲ ਜਾਂਦੀ ਆ ਉਸੇ ਵੇਲੇ ਉਹ ਚਰਚ ਨੂੰ ਪਾਸਵਰਨ ਕਰ ਦਿੰਦਾ ਬਲੀਵਰਾਂ ਨੂੰ ਪਾਸਵਰਨ ਕਰ ਦਿੰਦਾ ਹਾਂਜੀ ਸੋ ਆਪਾਂ ਮੱਥੀ ਦੀ ਕਿਤਾਬ ਮੈਥਿਊ ਚੈਪਟਰ 28 ਆਪਾਂ 18 ਪੜ੍ਹ ਕੇ ਹਟਿਆ ਹੁਣ 19 ਤੇ 20 ਆਇਤ ਪੜ੍ਹਾਂਗੇ ਸੋ ਜੇ ਤੁਸੀਂ ਕੇਅਰਫੁਲੀ ਜੇ ਯਕੀਨ ਆ ਸਮਝ ਲੱਗੀ ਬਾਈਬਲ ਰੱਖਿਓ ਸਾਰੀਆਂ ਆਇਤਾਂ ਫੇਰ ਪੜ੍ਹਿਓ ਹਾਂਜੀ ਮੱਥੀ 28 ਉਹਦਾ 19 ਤੇ 20 ਇਸ ਲਈ ਤੁਸੀਂ ਜਾ ਕੇ ਸਾਰੀਆਂ ਕਾਮਨ ਨੂੰ ਚੇਲੇ ਬਣਾਓ ਕੀ ਕਹਿੰਦਾ ਇਸ ਲਈ ਇਹਦਾ ਕੀ ਮਤਲਬ ਜੋ ਮੈਂ ਕਹਿ ਕੇ ਹਟਿਆ ਉਹਦੇ ਨਾਲ ਲਾਤਾ ਉਹ ਕੀ ਆ ਅਥਾਰਟੀ ਮੈਨੂੰ ਮਿਲ ਗਈ ਆ ਇਸ ਲਈ ਤੁਸੀਂ ਜਾਓ ਹੁਣ ਉਹਨਾਂ ਨੂੰ ਅਥਾਰਟੀ ਪਾਸ ਔਨ ਕਰਨ ਲੱਗਾ ਹਾਂਜੀ ਤੁਸੀਂ ਜਾ ਕੇ ਸਾਰੀਆਂ ਕਾਮਨ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦੇਵੋ ਉਹਨਾਂ ਨੂੰ ਪਰਮੇਸ਼ਰ ਦੇ ਕੋਲ ਲਿਆ ਕੇ ਬਲੀਵਰਸ ਵੜਾ ਕੇ ਉਹਨਾਂ ਨੂੰ ਵੀ ਉਹ ਹੀ ਅਥਾਰਟੀ ਦੇਣੀ ਆ ਇਹ ਜਿਹੜਾ ਸਾਨੂੰ ਹੁਕਮ ਦਿੱਤਾ ਗਿਆ ਆ ਤੇ ਇਹੇ ਪਾਸ ਔਨ ਕਰਦੇ ਆ ਅ ਅਸੀਂ ਇਹ ਅਥਾਰਟੀ ਲੈ ਸਕਦੇ ਆ ਪਰਮੇਸ਼ਰ ਨੇ ਬਲੀਵਰਾਂ ਵਾਸਤੇ ਚਰਚ ਵਾਸਤੇ ਅਥਾਰਟੀ ਰੱਖੀ ਹੋਈ ਆ ਜਿਹੜੇ ਅਸੀਂ ਲੈ ਸਕਦੇ ਆ ਮਾਰਕਸ ਐਦਾਂ ਸਮਝਾਉਂਦਾ ਸੇਮ ਚੀਜ਼ ਆਪਾਂ ਮਾਰਕਸ ਦੀ ਕਿਤਾਬ ਉਹਦਾ 16ਵਾਂ ਚੈਪਟਰ ਆ ਵੀ ਮੈਂ ਪੜਨਾ ਨਹੀਂ ਹਲੇ ਵੀ ਮੈਂ ਆ ਵੀ ਪੜਿਆ ਨਹੀਂ ਸੀ ਆਪਾਂ ਪੜੀ ਤੁਸੀਂ ਹੋਰੀ ਪੜ ਦਿਓ ਹਾਂਜੀ ਵੀ ਪੜ ਦਿਓ ਹਾਂਜੀ ਔਰ ਉਹਨਾਂ ਨੂੰ ਸਿਖਾਓ ਪਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆਮੇਨ ਅਤੇ ਵੇਖੋ ਮੈਂ ਯੁੱਗ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਆਮੇਨ ਸੋ ਉਹਨਿਸ ਕਾਲਣਾ ਸੀ ਤੇ ਉਹ ਕਹਿੰਦਾ ਮੈਂ ਫੇ ਵੀ ਤੁਹਾਡੇ ਨਾਲ ਰਹੂੰਗਾ ਆਮੇਨ ਓਕੇ ਆਪਾਂ ਮਾਰਕਸ ਦੀ ਕਿਤਾਬ ਉਹਦਾ 16ਵਾਂ ਚੈਪਟਰ ਮਾਰਕ ਚੈਪਟਰ 16 ਆਪਾਂ ਪਹਿਲਾਂ ਵਰਸ 15 ਤੋਂ 15 ਐਂਡ 16 ਪੜ੍ਹਾਂਗੇ ਫਿਰ ਅੱਗੇ ਹੋਰ ਪੜ੍ਹਦੇ ਹਾਂ ਹਾਂਜੀ ਮਾਰਕਸ ਉਹਦਾ 16ਵਾਂ ਚੈਪਟਰ ਤੇ 15 ਤੇ 16 ਆਇਤ ਮੈਂ ਪੜ੍ਹੂੰਗੀ ਉਸਨੇ ਉਹਨਾਂ ਨੂੰ ਆਖਿਆ ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰੇਸ਼ਟੀ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਜਿਹੜਾ ਨੇਚਾ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਆਮਨ ਖੁਸ਼ਖਬਰੀ ਕੀ ਆ ਬਈ ਹੁਣ ਤੁਹਾਨੂੰ ਨਾਰਕਾਂ ਦੀ ਜਾਣ ਦੀ ਜ਼ਰੂਰਤ ਨਹੀਂ ਹੈਗੀ ਤੁਸੀਂ ਹੁਣ ਬਚ ਸਕਦੇ ਆ ਆਮਨ ਯਿਸੂ ਮਸੀਹ ਨੇ ਕੀਮਤ ਦੇਤੀ ਆ ਜੇ ਕੋਈ ਯਕੀਨ ਕਰੂਗਾ ਭਰੋਸਾ ਰੱਖੂਗਾ ਤੇ ਬੈਪਟਿਸਮ ਲਾਊਗਾ ਤੇ ਉਹ ਬਚਾਇਆ ਜਾਊਗਾ ਆਮਨ ਫਿਰ ਮੈਂ ਕੁਈ ਦੱਸਦਾ ਕੇਰਫੁਲੀ ਸੁਣਿਓ ਯੀਸੂ ਮਸੀਹ ਕਹਿੰਦਾ ਸਾਰੀ ਦੁਨੀਆ ਦੇ ਵਿੱਚ ਜਾਓ ਤੇ ਖੁਸ਼ਖਬਰੀ ਸੁਣਾਓ ਕੀ ਖੁਸ਼ਖਬਰੀ ਆ ਬਈ ਜਿਹੜੇ ਸਾਡੀ ਪਾਪਾਂ ਦੀ ਕੀਮਤ ਸੀਗੀ ਉਹ ਯੀਸੂ ਮਸੀਹ ਨੇ ਦੇਤੀ ਆ ਤੇ ਜਿਹੜਾ ਉਹ ਯਕੀਨ ਕਰ ਲਊਗਾ ਭਰੋਸਾ ਰੱਖ ਲਊਗਾ ਉਹਦੇ ਪਾਪ ਮਾਫ ਹੋ ਜਾਣਗੇ ਆਮੇਨ ਜੋ ਬੈਪਟਿਸਮ ਲਊਗਾ ਤੇ ਉਹ ਨਰਕਾਂ ਤੋਂ ਬਚ ਜਾਊਗਾ ਉਹ ਪਾਪਾਂ ਤੋਂ ਬਚ ਜਾਊਗਾ ਉਹ ਫ੍ਰੀ ਹੋ ਜਾਊਗਾ ਇਹੀ ਖੁਸ਼ਖਬਰੀ ਆ ਜੋ ਸਾਨੂੰ ਪਰਮੇਸ਼ਰ ਦਾ ਸੁਨੇਹਾ ਆ। ਕੱਲੀ ਇਹ ਨਹੀਂ ਹੈਗੀ ਫਿਓਦੂਗਾਹਾ ਉਹਨਾਂ ਨੂੰ ਉਹ ਅਥਾਰਟੀ ਮਿਲ ਜਾਂਦੀ ਆ ਜਿਹੜੀ ਆਪਾਂ ਹੁਣ ਹੱਲੇ ਪੜ੍ਹ ਕੇ ਹਟਿਆ ਫਿਓਸ ਅਥਾਰਟੀ ਦੇ ਵਿੱਚ ਉਹ ਚੱਲ ਸਕਦਾ ਆ। ਮਾਕ ਇਥੇ ਆਪਾਂ ਨੂੰ ਸਕਾਲਦਾ ਆ ਉਹ ਅਥਾਰਟੀ ਕੀ ਕਰਦੀ ਆ? ਹੂੰ। ਵਾਟ ਡਸ 댓 ਅਥਾਰਟੀ ਡੂ? ਆਪੋ ਮਸੀਹ ਦੇ ਵਿੱਚੋਂ ਦੱਸਿਆ ਸੀ ਵੀ ਅਥਾਰਟੀ ਤੁਹਾਨੂੰ ਮੈਂ ਦਿੱਤੀ ਆ। ਪਰ ਇਦਾਂ ਨਹੀਂ ਹੋਂ ਦੱਸਿਆ ਵੀ ਕੀ ਕਰੂਗੀ ਉਹ ਹੁਣ ਇੱਥੇ ਆਪਾਂ ਨੂੰ ਪਤਾ ਲੱਗਦਾ ਅਥਾਰਟੀ ਕੀ ਕਰੂਗੀ ਓਕੇ ਜੀ ਆਪਾਂ 17ਵੀਂ ਤੇ 18ਵੀਂ ਆਇਤ ਪੜ੍ਹਾਂਗੇ ਹਾਂਜੀ ਮਾਰਕਸ ਦੇ 16ਵਾਂ ਚੈਪਟਰ 17 ਤੇ 18 17 ਐਂਡ 18 ਅਤੇ ਨੇਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ ਉਹ ਨਮੀਆਂ ਨਮੀਆਂ ਬੋਲੀਆਂ ਬੋਲਣਗੇ ਉਹ ਸੱਪਾਂ ਨੂੰ ਚੋਕ ਲੈਣਗੇ ਅਤੇ ਜੇ ਕੋਈ ਜ਼ਹਿਰ ਵਾਲੀ ਚੀਜ਼ ਪੀ ਲੈਂ ਤਾਂ ਉਹਨਾਂ ਦਾ ਕੁਝ ਨਹੀਂ ਵਿਚਲੂਗਾ ਉਹ ਰੋਗੀਆਂ ਉੱਤੇ ਹੱਥ ਰੱਖਣਗੇ ਤਾਂ ਉਹ ਚੰਗੇ ਹੋ ਜਾਣਗੇ ਆਮਨ ਕੀ ਕਹਿੰਦਾ ਇੱਥੇ ਇਦਾਂ ਨਹੀਂ ਕਹਿੰਦਾ ਕਰਕੇ ਜਦੋਂ ਮੈਂ ਪਹਿਲਾਂ ਪੜ੍ਹਦਾ ਤਾਂ ਮੈਂ ਇਦਾਂ ਹੀ ਪੜ੍ਹਦਾ ਹੁੰਦਾ ਸੀ ਬਈ ਇਹ ਜਿਹੜੇ ਰਸੂਲ ਸੀਗੇ ਉਹ ਇਹ ਕੰਮ ਕਰਨਗੇ ਹੂੰ ਅੱਜਕੱਲ ਜਦੋਂ ਲੋਕੀ ਪੜਦੇ ਉਹ ਉਹ ਸੋਚਦੇ ਆ ਜਿਹੜੇ ਪਾਸਟਰਸ ਆ ਉਹ ਇਹ ਕੰਮ ਕਰਨਗੇ ਜਾਂ ਜਿਹੜੇ ਅਪੋਸਲਸ ਆ ਉਹ ਕੰਮ ਕਰਨਗੇ ਜੇ ਪ੍ਰੋਫਿਟ ਸੇ ਉਹ ਕਰਨਗੇ ਨਾ ਉਹ ਤਾਂ ਨਹੀਂ ਕਿਹਾ ਹੈਗਾ ਕੀ ਲਿਖਿਆ ਨੇਚਾ ਰੱਖਣ ਵਾਲੇ ਜਿੰਨੇ ਵੀ ਤੁਸੀਂ ਮੇਰੀ ਆਵਾਜ਼ ਨੂੰ ਸੁਣ ਰਹੇ ਤੁਸੀਂ ਸਾਰੇ ਨੇਚਾ ਰੱਖ ਸਕਦੇ ਆ ਜਦੋਂ ਅਸੀਂ ਪਰਮੇਸ਼ਰ ਨੂੰ ਪਾ ਲੈਨੇ ਆ ਸੋ ਪਹਿਲੇ ਆਪਾਂ 15 ਤੋਂ 16 ਅੱਜ ਦੇ ਵਿੱਚ ਦੇਖਿਆ ਸੀ ਉਹਨੇ ਪਰਮੇਸ਼ਰ ਨੂੰ ਪਾ ਲਿਆ ਬੈਪਟਿਸਮ ਲੈ ਲਿਆ ਹੁਣ ਉਹ ਰੈਡੀ ਆ ਹੁਣ ਉਹਨਾਂ ਨੂੰ اختیار ਮਿਲਿਆ ਆ ਉਹ ਕੀ ਕਰਨਗੇ 17ਵੀਂ ਆਇਤ ਕਹਿੰਦਾ ਐਂਡ ðiਸ ਸਾਈਨਸ ਵਿਲ ਫਾਲੋ ਥੋਸ ਹੂ ਬਲੀਵ ਇਹੇ ਨਿਸ਼ਾਨ ਉਹਨਾਂ ਦੇ ਮਗਰ ਜਾਣਗੇ ਜਿਹੜੇ ਨਿਚਾ ਰੱਖਦੇ ਆ ਅਮੇਨ ਓਕੇ ਇਨ ਮਾਈ ਨੇਮ ਓਕੇ ਯਿਸੂ ਬਸੀ ਦੇ ਨਾਮ ਦੇ ਵਿੱਚ ਜਗਦੀਸ਼ ਦੇ ਨਾਮ ਦੇ ਵਿੱਚ ਨਹੀਂ ਹੋਰ ਕਿਸੇ ਦੇ ਨਾਮ ਦੇ ਵਿੱਚ ਨਹੀਂ ਕੱਲਾ ਜੀਜ਼ਸ ਦੇ ਨਾਮ ਦੇ ਵਿੱਚ ਅਮੇਨ ਜਦੋਂ ਅਸੀਂ ਜੀਜ਼ਸ ਦੇ ਨਾਮ ਦੇ ਵਿੱਚ ਜਾਂਦੇ ਆ ਫਿਰ ਅਸੀਂ ਦੱਸਦੇ ਹਾਂ ਜਿਹੜੀ ਅਥਾਰਟੀ ਸਾਨੂੰ ਉਹਨੇ ਉਹ ਦਿੱਤੀ ਆ ਅਸੀਂ ਉਸ ਨਾਂ ਦੇ ਵਿੱਚ ਆਏ ਆ ਇਸ ਦੁਨੀਆ ਵਿੱਚ ਵੀ ਕਈ ਵਾਰੀ ਸਾਨੂੰ ਆਦਮੀ ਅਥਾਰਟੀ ਦੇਂਦਾ ਆ ਕੋਈ ਕੰਮ ਕਰਨ ਵਾਸਤੇ ਉਹ अपन ਜਿੱਠੀ ਲਾ ਕੇ ਲੈ ਕੇ ਦੇਂਦਾ ਆ ਆਹ ਤੁਹੀਂ ਜਾ ਕੇ ਆਪਸ ਨੂੰ ਦਿਖਾਲ ਦਿਓ ਉਹਨੇ ਉੱਤੇ ਸਾਈਨ ਕੀਤੇ ਹੋਇਆ ਤੇ ਉਹ ਜੋ ਵੀ ਤੁਸੀਂ ਚਾਹੋ ਉਹ ਕੰਮ ਕਰ ਦਊਗਾ ਇੱਥੇ ਵੀ ਉਹ ਦੱਸਦਾ ਆ ਮੇਰੇ ਨਾਂ ਦੇ ਵਿੱਚ ਜਦੋਂ ਅਸੀਂ ਜੀਜ਼ਸ ਦੇ ਨਾਂ ਦੇ ਵਿੱਚ ਜਾਂਦੇ ਆ ਫੇਕੀ ਹੋਊਗਾ ਦੋਸ ਬਲੀਵ ਇਨ ਮਾਈ ਨੇਮ ਦੇ ਵਿਲ ਕਾਸਟ ਆਊਟ ਡੀਮਨਸ ਉਹ ਭੂਤਾਂ ਨੂੰ ਹੁਕਮ ਦੇਣਗੇ ਐਂਡ ਦੇ ਐਂਡ ਦੇ ਵਿਲ ਸਪੀਕ ਵਿਦ ਨਿਊ ਟੰਗਸ ਉਹ ਹੋਰ ਨਾ ਜ਼ੁਬਾਨਾਂ ਦੇ ਵਿੱਚ ਬੋਲਣਗੇ ਫਿਰ ਉਹ ਕਹਿੰਦਾ ਐਂਡ ਦੇ ਵਿਲ ਸਪ ਅਨੂ ਟਕ ਬੋਲਣਗੇ ਸੌਰੀ ਦੇ ਵਿਲ ਟੇਕ ਅਪ ਸਰਪੈਂਟਸ ਨੇ ਸੇ ਡਰਿੰਕ ਐਨੀਥਿੰਗ ਡੈਡਲੀ ਇਟ ਵਿਲ ਬਾਇ ਨੋ ਮੀਨਸ ਹਰਟਮ ਉਹ ਜੇ ਸੱਪ ਉਹਨਾਂ ਦੇ ਲੜ ਜਵੇ ਕੁਛ ਉਹਨਾਂ ਨੂੰ ਨਹੀਂ ਹੈਗਾ ਜੇ ਉਹਨਾਂ ਕੋ ਕੋਲੇਖੇ ਨਾਲ ਜ਼ਹਿਰ ਪੀ ਹੋ ਗਈ ਜਾਂ ਕਿਸੇ ਨੇ ਸ਼ਰਾਰਤ ਨਾਲ ਉਹਨਾਂ ਨੂੰ ਭਰਤੀ ਫੇ ਵੀ ਉਹਨਾਂ ਨੂੰ ਕੁਛ ਹੋਣਾ ਨਹੀਂ ਹੈਗਾ ਓਕੇ ਐਂਡ ਦੇ ਵਿਲ ਲੇ ਹੈਂਡਸ ਓਨ ਦਾ ਸਿਕ ਐਂਡ ਦਾ ਸਿਕ ਵਿਲ ਰਿਕਵਰ ਬਿਮਾਰਾਂ ਉਤੇ ਹੱਥ ਰੱਖਣਗੇ ਤੇ ਉਹ ਠੀਕ ਹੋ ਜਾਣਗੇ ਇੱਥੇ ਇੱਕ ਮੈਂ ਨਿੱਕੀ ਜਿਹੀ ਚੀਜ਼ ਦੱਸਣੀ ਚਾਹਣਾ ਇਹ ਜਿਹੜੇ ਯਿਸੂ ਮਸੀਹ ਨੇ ਪਾਇਆ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਆ ਦੂਸਰੇ ਨਹੀਂ ਕਰ ਸਕਦੇ ਹੈਗੇ ਆਪਾਂ ਜੇ ਦੇਖਣਾ ਨਹੀਂ ਕਰਕੇ ਆਪਣੇ ਕੋਲ ਟਾਈਮ ਥੋੜਾ ਹੁੰਦਾ ਪਰ ਰਸੂਲਾਂ ਦੇ ਕੰਮ ਕੰਮਾਂ ਦੇ ਵਿੱਚ ਉਹਦਾ 16ਵੇਂ ਚੈਪਟਰ ਦੇ ਵਿੱਚ ਆਪਾਂ ਪੜ੍ਹਦੇ ਆ ਪੋਲ ਇਦਾਂ ਕਰਦਾ ਆ ਕਿਉਂਕਿ ਉਹ ਪ੍ਰੋਮਿਸ ਨੂੰ ਜਾਣਦਾ ਹੁੰਦਾ ਤੇ ਕਈ ਪੋਲ ਨੂੰ ਪ੍ਰਚਾਰ ਕਰਦੇ ਨੂੰ ਸੁਣਦੇ ਆ ਤੇ ਇੱਕ ਉੱਥੇ ਸਕੀਵਾ ਦੇ ਸੱਤ ਪੁੱਤ ਹੁੰਦੇ ਆ ਉਹ ਸੋਚਦੇ ਆ ਤੇ ਭੂਤ ਦੁਹਾਈ ਪਾ ਕੇ ਛੱਡ ਕੇ ਚਲ ਜਾਂਦੇ ਆ ਉਹ ਸੋਚਦੇ ਵੀ ਆਪਾਂ ਵੀ ਇਦਾਂ ਕਰ ਸਕਦੇ ਆ ਪਰ ਉਹ ਨਹੀਂ ਯੀਸੂ ਮਸੀਹ ਨੂੰ ਪਾਇਆ ਨਹੀਂ ਪਾਪਾਂ ਤੋਂ ਮਾਫੀ ਪਾਈ ਨਹੀਂ ਹੈਗੀ ਆਪਣਾ ਜੀਵਨ ਪਰਮੇਸ਼ਰ ਨਾਲ ਠੀਕ ਨਹੀਂ ਕੀਤਾ ਉਹਨਾਂ ਨੂੰ ਅਥਾਰਟੀ ਮਿਲੀ ਨਹੀਂ ਹੈਗੇ ਤੇ ਉਹ ਜਾਂਦੇ ਆ ਜਿਹਦੇ ਵੀ ਕਿਸੇ ਦੇ ਵਿੱਚ ਭੂਤ ਹੁੰਦਾ ਤੇ ਉਹ ਕਹਿੰਦੇ ਆ ਅਸੀਂ ਤੈਨੂੰ ਹੁਕਮ ਦਿੰਦੇ ਆ ਜੀਸਸ ਦੇ ਨਾਮ ਦੇ ਵਿੱਚ ਜਿਹਦੇ ਬਾਰੇ ਬੋਲ ਪ੍ਰਚਾਰ ਕਰਦਾ ਆ ਇਨੂੰ ਛੱਡ ਕੇ ਚੱਲ ਜਾਓ ਉਹ ਮੋਰੋ ਭੂਤ ਵਿੱਚੋਂ ਬੋਲਦਾ ਆ ਉਹ ਕਹਿੰਦਾ ਬੋਲ ਤੂੰ ਵੀ ਮੈਂ ਜਾਣਦਾ ਜੀਸਸ ਨੂੰ ਵੀ ਮੈਂ ਜਾਣਦਾ ਪਰ ਤੁਸੀਂ ਕੌਣ ਆ ਕੀ ਮਤਲ ਤੁਹਾਡੇ ਕੋਲ ਅਥਾਰਟੀ ਹੈ ਨਹੀਂ ਗੀ ਉਹਨੇ ਉਹਨਾਂ ਤੇ ਸੱਤਾ ਉੱਤੇ ਹਮਲਾ ਕੀਤਾ ਤੇ ਉਹਨਾਂ ਦੇ ਕੱਪੜੇ ਪਾੜ ਗਏ ਉਹਨਾਂ ਸੱਟਾ-ਵੱਟਾ ਲੱਗ ਗਈਆਂ ਤੇ ਉਹਨਾਂ ਠਹਿ ਗਿਆ ਸੀ ਮੈਂ ਕੀ ਦੱਸਦਾ ਇਹ ਉਹਨਾਂ ਦੇ ਕੋਲ ਅਥਾਰਟੀ ਆ ਜਿਨ੍ਹਾਂ ਨੇ ਈਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਬਣਾਇਆ ਜਿਨ੍ਹਾਂ ਨੇ ਖੁਸ਼ਖਬਰੀ ਸੁਣੀ ਆ ਤੇ ਆਪਣਾ ਦਿਲ ਉਹਦੇ ਵਾਸਤੇ ਖੋਲ ਲਿਆ ਇਹ ਇਹ ਆਪਾਂ ਨੂੰ ਇੱਥੇ ਦੱਸ ਰਿਹਾ ਆ ਇਹ ਅਥਾਰਟੀ ਅੱਜਕੱਲ ਆਪਣੇ ਵਾਸਤੇ ਆ ਉਹ ਜਿਹੜੀ ਅਥਾਰਟੀ ਸ਼ੈਤਾਨ ਗੱਲਾਂ ਕਰਦਾ ਇਸ ਦਾਸਤਾ ਸੀ ਮੈਂ ਕਹਿੰਦਾ ਜੀਸਸ ਨੂੰ ਕਹਿੰਦਾ ਮੈਂ ਤੈਨੂੰ ਦੇਣਾ ਆ ਉਹ ਅਥਾਰਟੀ ਜਿਹੜੀ ਆਦਮ ਤੇ ਈਵ ਦੇ ਕੋਲੋਂ ਉਹਨੇ ਜਿੱਤੀ ਸੀਗੀ ਉਹ ਉਹ ਅਥਾਰਟੀ ਜਦੋਂ ਮਰਦਿਆਂ ਵਿੱਚੋਂ ਜੀ ਉੱਠਿਆ ਸੀ ਉਹਨੇ ਵਾਪਸ ਲੈ ਲਈ ਉਸ ਅਥਾਰਟੀ ਦੇ ਬਾਰੇ ਉਸ ਏਕਤਾ ਦੇ ਬਾਰੇ ਉਸ ਅਖਤਾ ਅਖਤਿਆਰ ਦੇ ਬਾਰੇ ਗੱਲ ਕਰ ਰਿਹਾ ਆ ਆਮਨ ਆਪਾਂ ਰਸੂਲਾਂ ਦੇ ਕੰਮ ਉਹਦਾ ਪਹਿਲਾ ਚੈਪਟਰ ਉੱਥੇ ਵੀ ਦੱਸਦਾ ਸਾਨੂੰ ਇਹ ਅਥਾਰਟੀ ਮਿਲੂਗੀ ਜਦੋਂ ਜੀਸਸ ਕਰਕੇ ਜੀਸਸ ਇਹ ਸਾਨੂੰ ਦੱਸਣਾ ਚਾਹੁੰਦਾ ਸੀ ਪੱਕੀ ਤਰ੍ਹਾਂ ਵੀ ਸਾਨੂੰ ਸਮਝ ਲੱਗ ਜਵੇ ਅਸੀਂ ਇਸ ਅਥਾਰਟੀ ਵੇ ਜਾਈਏ ਕਿ ਕਿ ਅੱਜਕੱਲ ਬਲੀਵਰਸ ਇਹਦੇ ਬਾਰੇ ਜਾਣਦੇ ਨਹੀਂ ਹੈਗੇ ਬਹੁਤ ਘੱਟ ਜਾਣਦੇ ਆ ਤਾਂ ਹੀ ਅਸੀਂ ਬਹੁਤ ਆਜਤਾਂ ਦਿਖਾਲਦੇ ਆ ਵੀ ਤੁਸੀਂ ਉਹਦੇ ਵਿੱਚ ਬਲੀਵ ਕਰੋ ਬਾਈਬਲ ਵਿੱਚ ਬਲੀਵ ਕਰੋ ਤੇ ਯਕੀਨ ਰੱਖਣ ਲੱਗੋ ਤਾਂ ਫਿਰ ਜੋ ਅਪਸ ਸਾਇੰਸ ਪੜ੍ਹ ਕੇ ਹਟਿਆ ਤੁਹਾਡੇ ਜੀਵਨ ਦੇ ਵਿੱਚ ਵੀ ਹੋਣਗੇ ਰਸੂਲਾਂ ਦੇ ਕੰਮ ਦ ਬੁੱਕ ਆਫ ਐਕਟ ਚੈਪਟਰ 1 ਵਰਸ 7 ਐਂਡ 8 ਆਪਾਂ ਬੜਾਂਗੇ ਹਾਂਜੀ ਰਸੂਲਾਂ ਦੇ ਕੰਮ ਪਹਿਲਾ ਚੈਪਟਰ ਤੇ ਉਹਦੀ 6 ਤੇ ਸੱਤ ਤੇ ਅੱਠ ਪੜਨੀ ਹੈ ਨਾ ਹਾਂਜੀ ਉਸ ਨੇ ਉਹਨਾਂ ਨੂੰ ਆਖਿਆ ਤੁਹਾਡਾ ਕੰਮ ਨਹੀਂ ਪੇ ਉਹਨਾਂ ਸਮਯਾ ਅਤੇ ਵੇਲਿਆਂ ਨੂੰ ਜਾਣੋ ਜੋ ਪਿਤਾ ਨੇ ਆਪਣੇ ਬਸ ਵਿੱਚ ਰੱਖੇ ਹਨ ਪਰ ਜਾਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਉਗੇ ਅਤੇ ਜਰੂਸ਼ਲਮ ਔਰ ਸਾਰੇ ਯਹੂਦੀਆਂ ਅਤੇ ਸਾਮਰੀਆ ਵਿੱਚ ਸਗੋਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ ਆਮੇਨ ਇੱਥੇ ਜੀਜ਼ਸ ਨੂੰ ਕਈ ਸਵਾਲ ਪੁੱਛਦੇ ਸੀ ਉਹ ਕਹਿੰਦਾ ਸੀ ਉਹ ਜ਼ਰੂਰਤ ਨਹੀਂ ਤੁਹਾਨੂੰ ਜਾਣਨ ਦੀ ਉਹ ਪਰਮੇਸ਼ਰ ਜਦੋਂ ਟਾਈਮ ਆਊਗਾ ਦੱਸੂਗਾ ਪਰ ਇਥੇ ਉਹ ਜਦੋਂ 7ਵੇਂ ਅਧਿਆਏ ਦੇ ਵਿੱਚ ਕਹਿੰਦਾ ਐਂਡ ਹੀ ਸੈਡ ਟੂ them ਫॉर ਇਟ ਇਜ਼ ਨੋਟ ਫॉर ਯੂ ਟੂ ਨੋ ਦ ਸੀਜ਼ਨਸ which the father has put in his own authority ਓਕੇ ਆ ਜਿਹੜਾ ਵਰਡ ਅਥਾਰਟੀ ਆ اختیار ਆ ਇਹ ਹੀ 8ਵੇਂ ਅਧਿਆਏ ਦੇ ਵਿੱਚ ਵਰਦਾ ਪਰ ਜਦੋਂ ਟ੍ਰਾਂਸਲੇਟ ਕੀਤਾ ਉਹਨੇ ਪਾਵਰ ਟ੍ਰਾਂਸਲੇਟ ਕਰਤਾ ਸੋ ਇੱਥੇ ਲਿਖਿਆ ਯੂ ਵਿਲ ਰੀਸੀਵ ਅਥਾਰਟੀ okay when the holy spirit has come upon you and you shall be my witnesses in jerusalem and in judea and in samaria and to the ends of the earth jesus ki keh rahe ga thode dinanu thanu ikhtiyar mend wala jadon ikhtiyar oh mil gaya feh kehnda tusi mere gawah banoge fiu jehde sign sanu das ke gaya ya oh ho l apne aaj kal vi ਸਾਨੂੰ ਪਰਮੇਸ਼ਰ ਅਥਾਰਟੀ ਦੇ ਰਿਹਾ ਆ ਪਰਮੇਸ਼ਰ ਜਰੂਰ ਇੱਥੇ ਲਿਖਿਆ ਪੰਜਾਬੀ ਦੇ ਵਿੱਚ ਇੰਗਲਿਸ਼ ਵਿੱਚ ਕਈ ਬਾਈਬਲ ਵਿੱਚ ਵੀ ਲਿਖਿਆ ਆ ਪਾਵਰ ਸ਼ਕਤੀ ਸ਼ਕਤੀ ਪਰ ਜੇ ਸ਼ਕਤੀ ਹੋਵੇ ਤਾਂ ਫਿਰ ਅਸੀਂ ਬਹੁਤ ਬੜੇ ਬੜੇ ਕੰਮ ਕਰ ਸਕਦੇ ਆ ਆਪਣੀ ਜੋਰ ਦੇ ਨਾਲ ਚੀਜ਼ਾਂ ਚੱਕ ਸਕਦੇ ਆ ਪਰ ਨਹੀਂ ਸ਼ਕਤੀ ਦੇ ਬਾਰੇ ਨਹੀਂ ਗੱਲ ਕਰ ਰਿਹਾ ਉਹ ਜਿਹੜਾ ਅਖ ਰਿਹਾ ਅਥਾਰਟੀ ਦਿੰਦਾ ਅਖਤਿਆਰ ਦਿੰਦਾ ਆ ਅਖਤਿਆਰ ਦੇ ਬਾਰੇ ਸਾਨੂੰ ਗੱਲ ਕਰ ਰਿਹਾ ਆ ਅੱਜ ਸਾਡੇ ਵਾਸਤੇ ਉਹ ਅਵੇਲੇਬਲ ਆ ਅੱਜ ਪਰਮੇਸ਼ੁਰ ਚਾਹੁੰਦਾ ਸੀ ਉਹਦੇ ਵਿੱਚ ਚੱਲਣ ਲੱਗੀ ਹੈ ਜੇ ਤੁਸੀਂ ਬਿਲੀਵਰਸ ਆ ਅੱਜ ਤੁਸੀਂ ਉਸ ਅਥਾਰਟੀ ਵਿੱਚ ਚੱਲ ਸਕਦੇ ਆ ਜੇ ਤੁਸੀਂ ਨੇਚਰ ਰੱਖਣ ਵਾਲੇ ਆ ਤੁਸੀਂ ਅੱਜ ਉਹ ਵਿੱਚ ਚੱਲ ਸਕਦੇ ਆ ਜੇ ਤੁਸੀਂ ਨਹੀਂ ਨੇਚਰ ਰੱਖਣ ਵਾਲੇ ਹੈਗੇ ਅੱਜ ਤੁਸੀਂ ਨੇਚਰ ਰੱਖਣ ਵਾਲੇ ਬਣ ਸਕਦੇ ਆ ਜੇ ਤੁਹਾਡਾ ਇਹ ਅੱਜ ਕਾ ਆ ਇਸ ਟਾਈਮ ਦੇ ਵਿੱਚ ਪਰਮੇਸ਼ੁਰ ਨਾਲ ਕੋਈ ਰਸਤਾ ਨਹੀਂ ਹੈਗਾ ਤੁਸੀਂ ਉਹਦੇ ਬੇਟੇ ਬੇਟੀਆਂ ਬਣੇ ਨਹੀਂ ਹੈਗੇ ਅੱਜ ਤੁਸੀਂ ਬਣ ਸਕਦੇ ਆ ਅਮਨ ਅੱਜ ਸਾਨੂੰ ਖੁੱਦਾ ਖੁੱਲਾ ਉਹ ਸਨੇਹਾ ਦੇ ਰਿਹਾ ਆ ਸੱਦਾ ਦੇ ਰਿਹਾ ਆ ਆ ਜਾਓ ਮੇਰੇ ਬੇਟੇ ਬੇਟੀਆਂ ਬਣ ਜਾਓ ਉਹਦੇ ਬਾਰੇ ਆਪਾਂ ਅਖੀਰ ਵਿੱਚ ਜਾ ਕੇ ਤੁਹਾਨੂੰ ਦੱਸਾਂਗੇ ਫਿਰ ਤੁਹਾਡੇ ਵਾਸਤੇ ਪ੍ਰੇ ਕਰਾਂਗੇ ਜੇ ਤੁਸੀਂ ਅੱਜ ਜੀਵਨ ਨੂੰ ਦੇਣਾ ਚਾਹੁੰਦੇ ਆ ਤੇ ਉਹ ਤੁਹਾਨੂੰ ਕਬੂਲ ਕਰ ਲਊਗਾ ਤੇ ਤੁਹਾਨੂੰ ਆਪਣਾ ਬੇਟਾ ਬੇਟੀ ਬਣਾ ਲਊਗਾ ਤੇ ਇੱਥੇ ਆਪਾਂ ਇੱਕ ਹੋਰ ਦੇਖਣ ਲੱਗੇ ਹਾਂ ਲੂਕਾ ਦੀ ਕਿਤਾਬ ਦੇ ਵਿੱਚ ਉਹਦਾ 10ਵਾਂ ਚੈਪਟਰ ਤੇ ਉਹਦੀ 17ਵੀਂ ਲੂਕ ਚੈਪਟਰ 10 ਵਰਸ 17 ਐਂਡ 18 ਹਾਂਜੀ ਲੂਕਾ ਦਾ 10ਵਾਂ ਚੈਪਟਰ 17 ਤੇ 18 ਐਤ ਉਹ 70 ਆਨੰਦ ਨਾਲ ਮੁੜੇ ਔਰ ਬੋਲੇ ਕਿ ਪ੍ਰਭੂ ਜੀ ਤੇਰੇ ਨਾਮ ਕਰਕੇ ਭੂਤ ਵੀ ਸਾਡੇ ਬਸ ਵਿੱਚ ਆ ਉਸ ਨੇ ਉਹਨਾਂ ਨੂੰ ਆਖਿਆ ਮੈਸ਼ਤਾਨ ਨੂੰ ਬਿਜਲੀ ਵਾਂਗ ਆਕਾਸ਼ ਤੋਂ ਡਿੱਗਿਆ ਹੋਇਆ ਡਿੱਟਾ ਵੇਖੋ ਮੈਂ ਤੁਹਾਨੂੰ ਸੱਪਾਂ ਅਤੇ ਠੂਿਆਂ ਦੇ ਲੇਟਾਰਾਂ ਦਾ اور ਵੈਰੀ ਦੀ ਸਾਰੀ ਸ਼ਕਤੀ ਉੱਤੇ ਇਕਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ ਆਮਨ ਇੱਥੇ ਯਿਸੂ ਮਸੀਹ 72 ਲੋਕਾਂ ਨੂੰ ਭੇਜਦਾ ਆ ਤੇ ਉਹਨਾਂ ਨੂੰ ਅਥোরਿਟੀ ਦਿੰਦਾ ਤੇ ਉਹਨਾਂ ਨੂੰ ਹੀਲਿੰਗ ਪਾਵਰ ਦਿੰਦਾ ਕਹਿੰਦਾ ਜਾਓ ਖੁਸ਼ਖਬਰੀ ਸੁਣਾਓ ਤੇ ਜੇ ਤੁਸੀਂ ਭੂਤਾਂ ਨੂੰ ਹੁਕਮ ਦੇਉਂਗਾ ਛੱਡ ਕੇ ਚੱਲ ਜਾਣਗੇ ਬਿਮਾਰ ਠੀਕ ਹੋ ਜਾਣਗੇ ਪਰ ਜਿਹੜੀ ਅਥਾਰਟੀ ਦਿੰਦਾ ਆ ਉਹ ਜੀਸਸ ਜਿਹੜੀ ਉਹ ਪਰਮੇਸ਼ਰ ਦੇ ਕੋਲੋਂ ਲਈ ਸੀ ਉਹ ਉਹ ਦਿੰਦਾ ਆ ਕਰਕੇ ਹੱਲੇ ਤੱਕ ਆ ਜਿਹੜੀ ਅਥਾਰਟੀ ਐਰਮਨੇ ਗਵਾਲੀ ਸੀ ਉਹ ਵਾਪਸ ਨਹੀਂ ਮਿਲੀ ਸੀ ਉਹ ਬਾਅਦ ਜਾ ਕੇ ਲੈਂਦਾ ਆ ਸੋ ਉਹ ਸਿੱਥੇ ਪਹਿਲਾਂ ਜਿਹੜਾ ਯਿਸੂ ਮਸੀਹ ਕੋ ਅਥਾਰਟੀ ਸੀ ਉਹ ਹੈਵਨ ਤੋਂ ਆਈ ਸੀ ਪਰਮੇਸ਼ਰ ਦੀ ਅਥਾਰਟੀ ਲੈ ਕੇ ਆਇਆ ਸੀ ਉਹ ਹੋਈ ਉਹਨਾਂ ਲੋਕਾਂ ਨੂੰ ਦਿੰਦਾ ਪਹਿਲਾਂ ਹੀ ਸਾਨੂੰ ਦਿਖਾਲਦਾ ਇਹ ਹੋ ਸਕਦਾ ਜੇ ਉਹਦੋਂ ਹੋ ਸਕਦਾ ਸੀ ਅੱਜ ਕੱਲ ਵੀ ਹੋ ਸਕਦਾ ਹੈ ਅੱਜ ਕੱਲ ਵੀ ਕਰਕੇ ਜਦੋਂ ਉਹ ਵਾਪਸ ਆਉਂਦੇ ਆ ਤੇ ਬੜੇ ਖੁਸ਼ ਹੁੰਦੇ ਆ ਜੀਜ਼ਸ ਨੂੰ ਕਹਿੰਦੇ ਜਦੋਂ ਅਸੀਂ ਤੁਹਾਡੇ ਨਾਂ ਦੇ ਵਿੱਚ ਹੁਕਮ ਦਿੰਦੇ ਸੀ ਭੂਤ ਕੰਬ ਦੇ ਕੰਬ ਦੇ ਰੌਲੀ ਪਾਉਂਦੇ ਨੱਟ ਜਾਂਦੇ ਸੀ ਉਸ ਨਾਂ ਦੇ ਵਿੱਚ ਅਥਾਰਟੀ ਆ ਔਰ ਯਿਸੂ ਮਸੀਹ ਹੱਲੇ ਵੀ ਸਾਨੂੰ ਆਥਾਰਟੀ ਦੇ ਰਿਹਾ ਆ ਉਸ ਟਾਈਮ ਵਿੱਚ ਵੀ ਹੁਣ ਵੀ ਫਿਰ ਜੀਜ਼ਸ ਦੇ ਕੋਰ ਸਟੇਟਮੈਂਟ ਕਹਿੰਦਾ ਆ ਕਹਿੰਦਾ ਮੈਂ ਸ਼ੈਤਾਨ ਨੂੰ ਡੇਗਦੇ ਨੂੰ ਦੇਖਿਆ ਸੀਗਾ ਜਦੋਂ ਸਵਰਗਾਂ ਦੇ ਵਿੱਚੋਂ ਉਹਨੂੰ ਕੱਢਿਆ ਗਿਆ ਸੀ ਜੀਜ਼ਸ ਉੱਥੇ ਸੀਗਾ ਕਹਿੰਦਾ ਮੈਂ ਉਹਨੂੰ ਦੇਖਿਆ ਸੀ ਉਸੇ ਉਹ ਡੇਗਿਆ ਆ ਉਹ ਤਾਹਿੰ ਜਿਹੜੀ ਸਵਰਗਾਂ ਦੀ ਆਥਾਰਟੀ ਉਹ ਉਹ ਵਰਤ ਰਿਹਾ ਸੀ ਹੁਣ ਸਾਡੇ ਕੋਲ ਜਿਹੜੀ ਯਿਸੂ ਮਸੀਹ ਨੇ ਜਦੋਂ ਮਰਦਿਆਂ ਵਿੱਚੋਂ ਉੱਠਿਆ ਉਹ ਜਿਹੜੀ ਅਥਾਰਟੀ ਸੀਗੀ ਉਹ ਸਾਡੇ ਕੋਲ ਉਹ ਅਥਾਰਟੀ ਸਾਨੂੰ ਮੁੜ ਕੇ ਫੇਰ ਦੇਣ ਲਗਾਇਆ ਸਾਨੂੰ ਦੇ ਰਿਹਾ ਹੈ ਸ਼ਤਾਨ ਨੂੰ ਉਹਦੇ ਭੂਤਾਂ ਨੂੰ ਜਿੰਨੇ ਵੀ ਉਹ ਨਾਲ ਕੰਮ ਕਰਦੇ ਸਾਰਿਆਂ ਉੱਤੇ ਉਹਨੇ ਯਿਸੂ ਮਸੀਹ ਨੇ اختیار ਉੱਤੇ ਪਾਵਰ ਉੱਤੇ ਅਥਾਰਟੀ ਪਾ ਲਈ ਸੀ ਗਿਫੀਸੀ ਕਿਤਾਬ ਤੇ ਉਹਦਾ ਚੈਪਟਰ ਚੈਪਟਰ 1 ਵਰਸ 20 ਟੂ 23 ਹਾਂਜੀ ਇਹ ਪੇਸ਼ੀਅਨ ਦਾ ਪਹਿਲਾ ਚੈਪਟਰ ਤੇ ਉਹਦੀ 19 ਤੇ 20 ਅਤੇ ਅਸਾਂ ਨੇਚਾਵਾਨਾ ਵੱਲ ਉਹਦੀ ਸਮਰਥਾ ਦਾ ਅਤਿਅੰਤ ਬੜਾਪਨ ਉਹਦੀ ਵੱਡੀ ਸ਼ਕਤੀ ਦੇ ਅਮਲ ਅਮਲ ਅਨੁਸਾਰ ਕੀ ਹੈ ਜਿਹੜਾ ਉਹਨੇ ਮਸੀਹ ਵਿੱਚ ਕੀਤਾ ਜਦ ਉਸਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਸੁਰਗੀ ਥਾਂਵਾਂ ਵਿੱਚ ਆਪਣੇ ਸੱਜੇ ਹੱਥ ਵਹਾ ਲਿਆ ਇੱਕ ਮੀਂਹ ਪੰਨੀ ਤੇ ਇਤ ਕਰ ਹਾਂਜੀ ਓਕੇ ਉਹ ਹਰੇਕ ਹਕੂਮਤ ਇਖਤਿਆਰ ਕੁਦਰਤ ریاਸ ਅਤੇ ਹਰੇਕ ਨਾਮ ਦਾ ਉਤਾਹਾਂ ਹੈ ਜੋ ਨਾ ਕੇਵਲ ਇਸ ਜੁਗ ਵਿੱਚ ਸਗੋ ਆਉਣ ਵਾਲੇ ਜੁਗ ਵਿੱਚ ਵੀ ਲਈਦਾ ਹੈ ਅਤੇ ਸਭੋ ਕੁਝ ਉਸ ਦੇ ਪੈਰਾ ਹੇਠ ਕਰ ਦਿੱਤਾ ਅਤੇ ਸਭਨਾ ਅਵਸਥਾ ਉਤੇ ਸਿਰ ਬਣ ਲਈ ਉਸ ਨੂੰ ਕਲਿਸਿਆ ਲਈ ਦੇ ਦਿੱਤਾ ਇਹ ਉਸ ਦੀ ਦੇਹ ਹੈ ਅਰਥਾਤ ਉਸ ਦੀ ਪਰਪੂਰੀ ਜਿਹੜਾ ਸਭਨਾ ਵਿੱਚ ਸਭੋ ਕੁਝ ਸਭੋ ਕੁਝ ਕਰਦਾ ਹੈ ਆਮਨ ਇੱਥੇ ਬਹੁਤ ਵਧੀਆ ਐਕਸਪਲੇਨ ਕਰਦਾ ਬੋਲ ਉਹ ਦਿਖਾਲਦਾ ਵੀ ਕੀ ਹੋਇਆ ਪਿੱਛੇ ਦੁਨੀਆ ਦੇ ਵਿੱਚ ਜੋ ਪਰਮੇਸ਼ਰ ਮੌਤ ਦੇ ਵਿੱਚ ਜੋ ਯਿਸੂ ਮਸੀਹ ਮੌਤ ਦੇ ਵਿੱਚੋਂ ਜੀਵਟਿਆ ਸੀ ਕੀ ਹੋਇਆ ਸੀਗਾ ਉਹ ਦੱਸਦਾ ਜਦੋਂ ਯਿਸੂ ਮਸੀਹ ਨੇ ਸਾਡੀ ਕੀਮਤ ਕਰਾਸ ਉੱਤੇ ਦੇਤੀ ਸਾਡੀ ਪਾਪਾਂ ਦੀ ਕੀਮਤ ਕੱਲੀ ਸਾਡੀ ਨਹੀਂ ਸਾਰੀ ਦੁਨੀਆ ਦੀ ਆਦਮ ਦੀ ਵੀ ਈਵ ਦੀ ਵੀ ਜਿਹੜੀ ਉਹਨਾਂ ਕੋਲ ਗਲਤੀ ਹੋ ਗਈ ਸੀ ਉਹਦੀ ਕੀਮਤ ਉਹਨੇ ਭੇ ਕਰ ਦਿੱਤੀ ਫਿਰ ਜਦੋਂ ਉਹ ਮੌਤ ਦੇ ਵਿੱਚੋਂ ਜੀ ਉੱਠਿਆ ਜਿਹੜਾ ਅਖਤਿਆਰ ਸੀਗਾ ਜਿਹੜੇ ਪਾਵਰ ਸੀ ਅਖਤਿਆਰ ਮੁੜ ਕੇ ਲੈ ਕੇ ਤੇ ਉਹ ਸਵਰਗਾਂ ਨੂੰ ਜਦੋਂ ਜਾਂਦਾ ਆ ਉਹ ਸੱਜੇ ਹੱਥ ਉੱਪਰ ਮਹੇਸ਼ ਦੇ ਬੈਠਾ ਆ ਫਿਰ ਇੱਕ ਜੀਵ ਸਾਨੂੰ ਚੀਜ਼ ਦੱਸਦਾ ਆ ਉਹ ਕੀ ਆ ਕਹਿੰਦਾ ਉਹਨੂੰ ਸਾਰੇ ਨਾਮਾਂ ਦੇ ਉੱਪਰ ਦੀ ਸਾਰੀ ਸ਼ਕਤੀਆਂ ਦੇ ਉੱਪਰ ਦੀ ਸ਼ਕਤੀ ਮਿਲ ਗਈ ਆ ਤੇ ਉਹਨੂੰ ਕਲੀਸੀਆ ਦਾ ਸਿਰ ਬਣਾਇਆ ਗਿਆ ਯੀ ਯਿਸੂ ਮਸੀਹ ਕਲੀਸਿਆ ਦਾ ਸਰੀਰ ਹੈ ਤੇ ਜਿਹੜੀ ਕਲੀਸਿਆ ਚੱਚ ਉਹ ਉਹਦੀ ਦੇਹ ਆ ਯਾਪਾ ਸੋਚ ਸਕੀਏ ਭਈ ਅਸੀਂ ਉਹਦੀ ਦੇਹ ਆ ਇੱਥੇ ਜਿਹੜੀ ਚਰਚ ਆ ਇਸ ਵੇਲੇ ਸਾਰੀ ਦੁਨੀਆ ਦੇ ਵਿੱਚ ਉਹ ਯਿਸੂ ਮਸੀਹ ਦੀ ਦੇਹ ਆ ਉਹ ਸਰੀਰ ਫੇ ਉਹ ਕਹਿੰਦਾ ਸ਼ੈਤਾਨ ਨੂੰ ਹਰਾ ਕੇ ਉਹਦੇ ਭੂਤਾਂ ਨੂੰ ਹਰਾ ਕੇ ਉਹਦੇ ਪੈਰਾਂ ਦੇ ਥਲੇ ਸਿਰਤਾ ਤੁਹ ਇਥੇ ਆਪਰ ਬਹੁਤ ਵਧੀਆ ਸਮਝ ਦਿੰਦਾ ਆ ਸ਼ੈਤਾਨ ਹਾਰਿਆ ਗਿਆ ਉਹਦੇ ਭੂਤ ਸਾਰੇ ਹਰਾਏ ਗਏ ਆ ਤੇ ਉਹ ਕਲਿਸਿਆ ਦੇ ਚਰਚ ਦੇ ਪੈਰਾਂ ਦੇ ਥੱਲੇ ਸੜ ਦਿੱਤਾ ਅਮਨ ਤਾਂ ਹੀ ਅਸੀਂ ਦੱਸਦੇ ਸੀ ਵੀ ਸਾਨੂੰ ਪਹਿਲਾਂ ਯਿਸੂ ਮਸੀਹ ਨੂੰ ਪਉਣਾ ਪੈਣਾ ਅਸੀਂ ਉਹਦੇ ਸਰੀਰ ਦੇ ਵਿੱਚ ਆਈਏ ਚਰਚ ਦੇ ਵਿੱਚ ਆਈਏ ਫਿਰ ਅਸੀਂ اختیارੇ ਬਾਤ ਸਕਦੇ ਆ ਕਾਤੇ ਕਰਕੇ ਉਹਨੇ ਹਰਾ ਕੇ ਚਰਚ ਦੇ ਪੈਰਾਂ ਦੇ ਥੱਲੇ ਸਿਰ ਦਿੱਤਾ ਅਸੀਂ ਹੁਣ ਉਸ ਚਰਚ ਦੇ ਅੰਗ ਆ ਮੈਂਬਰਸ ਆ ਤਾਂ ਹੀ ਉਹ ਸਾਨੂੰ ਕਹਿ ਰਿਹਾ ਆ ਅਸੀਂ ਹੁਣ ਉਹਨੂੰ ਬਰਤ ਸਕਦੇ ਆ ਹੁਣ ਸ਼ੈਤਾਨ ਹਾਰਿਆ ਗਿਆ ਪਰ ਜਿਹੜੀ ਅਫਸੋਸ ਵਾਲੀ ਚੀਜ਼ ਉਹ ਇਹ ਆ ਇਹ ਸਭ ਕੁਝ ਹੋ ਗਿਆ ਆ ਪਰ ਬਹੁਤ ਭੈਣ ਭਰਾ ਜਾਣਦੇ ਨਹੀਂ ਹੈਗੇ ਜਦੋਂ ਸ਼ੈਤਾਨ ਅਟੈਕ ਕਰਦਾ ਉਹਨਾਂ ਤੇ ਤੇ ਉਹ ਕਿਸੇ ਨੂੰ ਟੋਲ ਦੇ ਫਿਰਦੇ ਆ ਬਸ ਸਾਨੂੰ ਕੌਣ ਛਿੜਕਾਊਗਾ ਕਾਨੂੰ ਕੌਣ ਇਹ ਤੋਂ ਛਿੜਕਾਊਗਾ ਕੌਣ ਸਾਡੀ ਇਹਦੇ ਵਿੱਚ ਮਦਦ ਕਰੂਗਾ ਛਿੜਕਾ ਜਾਂਦਾ ਹਾਂਜੀ ਕੌਣ ਛਿੜਕਾਰਾ ਦੇਊਗਾ ਕੌਣ ਸਾਡੀ ਚ ਮਦਦ ਕਰੂਗਾ ਉਹ ਕਦੇ ਕਿਤੇ ਨੱਠ ਦੇ ਫਿਰਦੇ ਕਦੇ ਕਿਸੇ ਕੋ ਜਾਂਦੇ ਆ ਟੋਲ ਦੇ ਫਿਰਦੇ ਆ ਪਰ ਸੱਚੀ ਗੱਲ ਇਹ ਆ ਜੋ ਚਰਚ ਦੇ ਮੈਂਬਰ ਆ ਤਿਸ਼ਤਾਨ ਹਰਾ ਕੇ ਉਹਨਾਂ ਦੇ ਪੈਰਾਂ ਦੇ ਥੱਲੇ ਸਿੱਟਿਆ ਗਿਆ ਆ ਆਮਨ ਸੋ ਗੀਗਾ ਲੈ ਘਾਤੇ ਉਹਨਾਂ ਨੂੰ ਹੱਲੇ ਵੀ ਤੰਗ ਕਰਦਾ ਕਰਕੇ ਉਹ ਜਿਹੜੀ ਉਹਨਾਂ ਦੀ ਅਥੋਰਿਟੀ ਆ ਉਹ ਐਕਸਰਸਾਈਜ਼ ਨਹੀਂ ਕਰਦੇ ਹੈਗੇ ਉਹਦੇ ਵਿੱਚ ਚੱਲਦੇ ਨਹੀਂ ਹੈਗੇ ਸਾਡੇ ਕੋਈ ਕਈ ਚੀਜ਼ ਹੋ ਸਕਦੀ ਆ ਜਿ세 ਜੇ ਅਸੀਂ ਉਹਦੇ ਵਿੱਚ ਚੱਲਦੇ ਨਹੀਂ ਹੈਗੇ ਤੇ ਸਾਡੇ ਉਹ ਕਿਸੇ ਕੰਮ ਦੀ ਨਹੀਂ ਹੈਗੀ ਮੈਂ ਕਈ ਵਾਰੀ ਆ ਮਿਸਾਲ ਦਿੱਤੀ ਆ ਮੈਂ ਫੇਕ ਵਾਈ ਦਿਨਾ ਸੱਚੀ ਗੱਲ ਆ ਕੋਈ ਅਮਰੀਕਾ ਦੇ ਵਿੱਚ ਪਾਸਟਰ ਸੀਗਾ ਤੇ ਉਹ ਦੂਰ ਦੂਰ ਪ੍ਰਚਾਰ ਕਰਨ ਜਾਂਦਾ ਹੁੰਦਾ ਸੀ ਤੇ ਕਈ ਵਾਰੀ ਜਿੱਥੇ ਪ੍ਰਚਾਰ ਕਰਨਾ ਉਹ ਉਹਨਾਂ ਨੂੰ ਚੰਗੀ ਸੋਹਣੀ ਗਿਫਟ ਦੇਣ ਦੇ ਕਈ ਵਾਰੀ ਕੁਝ ਵੀ ਨਹੀਂ ਦਿੰਦੇ ਹੁੰਦੇ ਸੀ ਪਰ ਫੇਰ ਵੀ ਉਹ ਖੁਸ਼ੀ ਨਾਲ ਪ੍ਰਚਾਰ ਕਰਦਾ ਸੀ ਪਰ ਫਿਰ ਇੱਕ ਦਿਨ ਉਹਨੂੰ ਬਹੁਤ ਗਿਫਟ ਵਧੀਆ ਮਿਲੀ ਤੇ ਉਹ ਕਹਿੰਦਾ ਵੀ ਕਈ ਵਾਰੀ ਮੈਂ ਦੂਰ ਆਇਆ ਹੁੰਨਾ ਮੈਨੂੰ ਕੋਈ ਪੈਸਾ ਨਹੀਂ ਹੁੰਦਾ ਹੈਗਾ ਹੁਣ ਮੇਰੇ ਕੋਲ ਬਹੁਤ ਪੈਸੇ ਆ ਸੋ ਮੈਂ ਇੱਕ 20 ਦਾ ਨੋਟ ਲੈ ਕੇ ਤੇ ਉਹਨੇ ਉਹਨੂੰ ਫੋਲਡ ਕਰ ਲਿਆ ਉਹਦੀ ਇਨਿਕਨੀ ਕੀ ਤੈ ਬਣਾ ਕੇ ਨਿਕਾਜਾ ਬਣਾ ਕੇ ਤੇ ਉਹਨੇ ਆਪਣੇ ਬਟੂਏ ਦੇ ਵਿੱਚ ਰੱਖ ਲਿਆ ਉਹ ਕਹਿੰਦਾ ਜੇ ਕਿਤੇ ਮੇਰੇ ਕੋਲ ਪੈਸੇ ਮੌਗ ਹੈ ਮੈਂ ਮੈਂ ਫੇਰ ਤੋਂ ਵੜ ਤਕੇ ਪੈਟਰੋਲ ਕਾਰ 'ਚ ਪਵਾ ਕੇ ਘਰ ਤੱਕ ਜਾ ਸਕਦਾ ਹਾਂ ਤੇ 2 ਸਾਲ ਲੰਘ ਗਏ ਉਹਦੀ ਕੋਈ ਪ੍ਰੋਬਲਮ ਨਹੀਂ ਪਈ ਪਰ 2 ਸਾਲਾਂ ਦੇ ਬਾਅਦ ਉਹ ਕਿਸੇ ਚਾਰਚ ਵਿੱਚ ਪ੍ਰਚਾਰ ਕਰਕੇ ਹਟਿਆ ਜਦੋਂ ਉਹ ਘਰ ਨੂੰ ਤੁਰਨ ਲੱਗਾ ਤੇ ਉਹਦੀ ਕਾਰਡ ਦੇ ਵਿੱਚ ਪੈਟਰੋਲ ਹੈ ਨਹੀਂਗਾ ਜਦ ਪੈਟਰੋਲ ਹੈ ਨਹੀਂਗਾ ਤੇ ਉਹ ਆਪਣਾ ਬਟੂਆ ਫੋਲਦਾ ਆ ਤੇ ਉਹਦੇ ਵਿੱਚ ਕੋ ਪੈਸੇ ਹੈ ਨਹੀਂ ਉਹ ਸੋਚਦਾ ਵੀ ਹੁਣ ਕਿੱਦਾਂ ਖਰਾਂ ਫੇਜ ਦਾ ਜਦੋਂ ਆਪਾਂ ਨੂੰ ਕੋਈ ਚੀਜ਼ ਲੱਭਦੇ ਹੁੰਨੇ ਆ ਕਿੰਨੇ ਨੂੰ ਥੋੜ੍ਹ ਵਾਲੇ ਕਿਤੇ ਪਹਿਲਾਂ कंफ्यूज ਸਾਰੀਆਂ ਜੇਬਾਂ ਫੋਲਦਾ ਆ ਉੱਥੇ ਵੀ ਕੁਝ ਹੈ ਨਹੀਂ ਫਿਰ ਜਿਹੜਾ ਬਟੂਆ ਆ ਉਹ ਐਨ ਇਹਨੂੰ ਟਰਨ ਅਰਾਊਂਡ ਸਭ ਕੁਝਨ ਖਾਲੀ ਕਰਕੇ ਤੁਹਾਨੂੰ ਦੇਖਦਾ ਵਿੱਚ ਕੁਝ ਹੈ ਤਾਂ ਨਹੀਂ ਉਹ ਜਦੋਂ ਖਾਲੀ ਕਰਦਾ ਆ ਉਹਦੇ ਵਿੱਚ ਉਹ 20 ਦਾ ਜਿਹੜੇ ਨੋਟ ਫੋਲਡ ਕੀਤਾ ਉਹਦੇ ਪੈਣਾ ਪਹਿਲੀ ਸੋਚ ਉਹਨੂੰ ਉਹਦਾ ਹੈ ਪਰਮੇਸ਼ਰ ਮੇਰੇ ਬਟੂਏ ਚ ਪਹਿ ਬਾ ਦਿੰਦਾ ਫਿਰ ਜਦੋਂ ਸੋਚ ਕੇ ਦੇਖਿਆ 2 ਸਾਲ ਹੋ ਗਏ ਆ ਮੈਂ ਇੱਥੇ ਲਕੋ ਕੇ ਰੱਖਿਆ ਸੀ ओके ਸੋਚ ਵਾਲੀ ਗੱਲ ਇਹ ਆ ਉਹ ਦੇਖੋ ਹਰ ਵੇਲੇ ਉਹ 20 20ਾਂ ਦਾ ਨੋਟ ਸੀਗਾ ਪਰ ਉਹ ਵਰਤ ਨਹੀਂ ਸਕਿਆ ਬਿਸ਼ੱਕ ਦੀ ਉਹਦੇ ਕੋਲ ਸੀ ਉਹ ਜਦੋਂ ਮਰਜੀ ਪٹرول ਪਾ ਕੇ ਘਰ ਨੂੰ ਜਾ ਸਕਦਾ ਇਹ ਪਰ ਜਿੱਨਾਂ ਚਿਰ ਉਹਨੂੰ ਪਹਿਲਾਂ ਲੱਭਾ ਨਹੀਂ ਫੇਰ ਉਹਨਾਂ ਜਾ ਕੇ ਪੈਟਰੋਲ ਸਟੇਸ਼ਨ ਤੇ ਦਿੱਤਾ ਨਹੀਂ ਉਹਨੇ ਕਿਸੇ ਕੰਮ ਦਾ ਨਹੀਂ ਸੀਗਾ ਸਾਡੇ ਕੋਲ ਅਥਾਰਟੀ ਹੈਗੀ ਆ ਜੇ ਅਸੀਂ ਉਸ ਅਥਾਰਟੀ ਨੂੰ ਅਥਾਰਟੀ ਨੂੰ ਵਰਤਿਆ ਨਾ ਜੋ ਸਟੇਰ ਨੂੰ ਅਸੀਂ ਵਰਤਿਆ ਨਾ ਬਿਸ਼ੱਕ ਨਹੀਂ ਸਾਡੇ ਕੋਲ ਹੈਗੀ ਆ ਉਹ ਕਿਸੇ ਕੰਮ ਦੀ ਨਹੀਂ ਹੈਗੀ ਜਾਂ ਅਸੀਂ ਸੋਚਿਆ ਵੀ ਇਹ ਤਾਂ ਕੋਈ ਪੁਰਾਣਾ ਨੋਟ ਹੈ ਨਾ ਇਹ ਤਾਂ ਪਤਾ ਨਹੀਂ ਚੱਲਣਾ ਜਾਂ ਨਹੀਂ ਚੱਲਣਾ ਹੈਗਾ ਇਦਾਂ ਵੀ ਹੋ ਸਕਦਾ ਸੀ ਪਰ ਨਹੀਂ ਜੇ ਅਸੀਂ ਉਹਦੇ ਵਿੱਚ ਚੱਲਣ ਲੱਗੇ ਅਸੀਂ ਆਪਣੀ ਅਥਾਰਟੀ ਵਿੱਚ ਚੱਲ ਲੱਗੇ ਅਸੀਂ ਫਤਿਹ ਪਾ ਸਕਦੇ ਹਾਂ ਯੀਸੂ ਮਸੀਹ ਨੇ ਕਰ ਦਿੱਤਾ ਹੈ ਹੋ ਗਿਆ ਜੇ ਅਸੀਂ ਚਰਚ ਦੇ ਮੈਂਬਰ ਆ ਸਾਡੇ ਕੋਲ ਅਥਾਰਟੀ ਹੈਗੀ ਆ ਅਸੀਂ ਬਰਤ ਸਕਦੇ ਹਾਂ ਅੱਜ ਸਾਨੂੰ ਸੁਨੇਹਾ ਦੇ ਰਿਹਾ ਆ ਤੁਸੀਂ ਆਪਣੀ ਅਥਾਰਟੀ ਨਾਲ ਬਰਤ ਸਕੋ ਸਕਦੇ ਆ ਬਹੁਤ ਭੈਣ ਭਰਾ ਇਸ ਵੇਲੇ ਡਿਪਰੈਸ਼ਨ ਆਪਰੇਸ਼ਨ ਦੇ ਵਿੱਚ ਦੋਸ਼ ਆਤਮਾ ਉਹਨਾਂ ਨੂੰ ਤੰਗ ਕਰ ਰਹੀ ਆ ਉਹਨਾਂ ਦੇ ਕੋਲ ਅਥਾਰਟੀ ਹੈਗੀ ਆ ਪਰ ਉਹ ਵਰਤਦੇ ਨਹੀਂ ਹੈਗੇ ਉਹਨਾਂ ਦੇ ਖਿਆਲ ਚ ਵੀ ਉਹ ਵਰਤ ਨਹੀਂ ਸਕਦੇ ਹੈਗੇ ਪਰ ਮੈਂ ਅੱਜ ਸੁਣਿਆ ਆ ਤੁਸੀਂ ਜੋ ਵੀ ਅੱਜ ਸੁਣਿਆ ਆ ਬਾਈਬਲ ਵਿੱਚੋਂ ਆਪ ਦੇਖ ਸਕਦੇ ਆ ਤੇ ਤੁਸੀਂ ਉਹਦੇ ਵਿੱਚ ਚੱਲ ਸਕਦੇ ਆ ਆਪਾਂ ਇੱਕ ਹੋਰ ਆਇਟ ਦੇਖਦੇ ਆ ਤੇ ਫਿਰ ਆਪਾਂ ਦੇਖਦੇ ਆ ਵੀ ਪਰਮੇਸ਼ੁਰ ਸਾਨੂੰ ਕਹਿੰਦਾ ਹੈ ਵਸੀਅੇ ਦੇ ਵਿੱਚ ਚੱਲਿਓ ਉਪੇ ਆਪਕਲੋਸੀਅਸ ਦੀ ਕਿਤਾਬ ਉਹਦਾ ਦੂਸਰਾ ਚੈਪਟਰ ਤੇ ਉਹਦੇ 14 ਤੋਂ 15 ਆਇਤ ਪੜ੍ਹਾਂਗੇ ਕਲੋਸੀਅਨਸ ਚੈਪਟਰ 2 ਵਰਸ 14 ਐਂਡ 15 ਹਾਂਜੀ ਕਲੋਸੀਅਨ ਦਾ ਕਿਤਾਬ ਤੇ ਉਹਦਾ ਦੂਜਾ ਚੈਪਟਰ 14 ਤੇ 15 ਆਇਤ ਅਤੇ ਉਸ ਲੇਖ ਨੂੰ ਜਿਹੜੀ ਹੁਕਮਾ ਕਰਕੇ ਸਾਡੇ ਉਲਟ ਅਤੇ ਸਾਡੇ ਵਿਰੋਧ ਸੀ ਉਸ ਨੇ ਮੇਸ ਦਿੱਤਾ ਯਾਨੀ ਕਿ ਕੀਮਤ ਦਿੱਤੀ ਅਤੇ ਉਹ ਨੂੰ ਸਲੀਬ ਉੱਤੇ ਕਿੱਲਾ ਨਾਲ ਠੋਕ ਕੇ ਵਿੱਚੋਂ ਚੁੱਕ ਸੁਟਿਆ ਉਸ ਨੇ ਹਕੂਮਤਾ ਅਤੇ ਇਕਤਿਆਰਾਂ ਨੂੰ ਆਪਣੇ ਕੋਲੋਂ ਲਾ ਕੇ ਅਤੇ ਇਸੇ ਦੇ ਦੁਆਰਾ ਉਹ ਨੂੰ ਉਹਨਾਂ ਨੂੰ ਫਤਿਹ ਕਰਕੇ ਖੁੱਲਮ ਖੁੱਲਾ ਤਮਾਸ਼ਾ ਬਣਾਇਆ ਆ ਮੈਮ ਸੋ ਇਥੇ ਕੀ ਦੱਸਦਾ ਐਨ ਉਹ ਦੱਸਦਾ ਪਰ ਹੋਰ ਹੋਰ ਤਰ੍ਹਾਂ ਦੱਸਦਾ ਹੂੰ ਕਈ ਵਾਰੀ ਹੈ ਨਾ ਜਦੋਂ ਸਾਨੂੰ ਇੱਕ ਤਰ੍ਹਾਂ ਕੋਈ ਚੀਜ਼ ਦੱਸਦਾ ਸਾਨੂੰ ਸਮਝ ਨਹੀਂ ਲੱਦੀ ਹੈਗੀ ਪਰ ਫਿਰ ਕਿਵੇਂ ਐਸੇ ਬਹੁਤ ਠੀਕ ਹੈ ਸਮਝ ਨਹੀਂ ਆਇਆ ਤੇ ਅਮੇਜ਼ ਰੱਖਦੇ ਆ ਫਿਰ ਸਮਝ ਲੱਗ ਜੂ ਉਹ ਕੀ ਕਹਿੰਦਾ ਜਦੋਂ ਯਿਸੂ ਮਸੀਹ ਨਰਕਾਂ ਦੇ ਵਿੱਚ ਸੀਗਾ ਤੇ ਪਹਿਲਾਂ ਜਦੋਂ ਕਰਾਸ ਉੱਤੇ ਗਿਆ ਪਹਿਲਾਂ ਉਹ ਸਾਨੂੰ ਚੀਜ਼ ਦੱਸਦਾ ਜਿਹੜੇ ਸਾਡੇ ਪਾਪ ਸੀ ਉਹ ਸਾਰੇ ਉਹਨੇ ਕਰਾਸ ਉੱਤੇ ਲੈ ਲੈ ਤੇ ਉਹਨੂੰ ਮੇਖ ਦੇ ਨਾਲ ਕਰਾਸ ਉੱਤੇ ਟੰਗ ਦਿੱਤੇ ਆ ਕੀ ਕਹਿੰਦਾ ਤੁਹਾਡੇ ਪਾਪਾਂ ਦੀ ਕੀਮਤ ਪੇ ਹੋ ਗਈ ਆ ਸੋ ਇਹ ਕਿਨਾ ਵਾਸਤੇ ਆ ਜਿਨ੍ਹਾਂ ਦੇ ਪਾਪਾਂ ਦੀ ਕੀਮਤ ਪੇ ਹੋ ਗਈ ਆ ਸੋ ਪਹਿਲੀ ਚੀਜ਼ ਜਿਹੜੀ ਅੱਗੇ ਆਪਾਂ ਕਹਿ ਕੇ ਹਟਿਆ ਨੇ ਉਹ ਹੀ ਇੱਥੇ ਕਹਿ ਰਿਹਾ ਆ ਸਾਨੂੰ ਪਹਿਲਾਂ ਪਾਪਾਂ ਦੀ ਮਾਫੀ ਮੰਗਣੀ ਪੈਣੀ ਆ ਸਾਨੂੰ ਪਹਿਲਾਂ ਆਪਣਾ ਜੀਵਨ ਉਹਨਾਂ ਠੀਕ ਕਰਨਾ ਪੈਣਾ ਆ ਤੁਹਾਡੇ ਵੀ ਪਾਪਾਂ ਦੀ ਕੀਮਤ ਯਿਸੂ ਮਸੀਹ ਨੇ ਦਿੱਤੀ ਹੋਈ ਆ ਪਰ ਜਿੰਨਾ ਚਿਰ ਤੁਸੀਂ ਕਬੂਲ ਨਹੀਂ ਕਰਦੇ ਉਹਨੂੰ ਰਿਸੀਵ ਨਹੀਂ ਕਰਦੇ ਹੈਗੇ ਇਹ ਤੁਹਾਡੀ ਕਿਸੇ ਕੰਮ ਦੀ ਨਹੀਂ ਹੈਗੇ ਅੱਜ ਤੁਸੀਂ ਕਰ ਸਕਦੇ ਆ ਫਿਰ ਉਹ ਕਹਿੰਦਾ ਜਦੋਂ ਉਹ ਨਰਕਾਂ ਦੇ ਵਿੱਚ ਗਾ ਸ਼ੈਤਾਨ ਤੇ ਉਹਦੇ ਭੂਤ ਸਾਰੇ ਉਹਨੂੰ ਪੰਜਾਬੀ ਬਾਈਬਲ ਦੇ ਕਿੰਨਾ ਕਲੀਅਰਲੀ ਦੱਸਿਆ ਸੀ ਗਲੋਂ ਫੜ ਕੇ ਬੈਠੇ ਆ ਕਹਿੰਦੇ ਅਸੀਂ ਮਰਦਿਆਂ ਵਿੱਚੋਂ ਜੀ ਨਹੀਂ ਉੱਠਣ ਦੇਣ ਉੱਠਣ ਨਹੀਂ ਦੇਣਾ ਹੈਗਾ ਪਰ ਕੀ ਹੁੰਦਾ ਤੀਸਰੇ ਦਿਨ ਜਦੋਂ ਕੀਮਤ ਐਨ ਪੇ ਹੋ ਜਾਂਦੀ ਆ ਤੇ ਉਹ ਮਰਦਿਆਂ ਵਿੱਚੋਂ ਉੱਠ ਖੜਦਾ ਆ ਆਮਨ ਉਹ ਗਲੋਂ ਉਹਨਾਂ ਨੂੰ ਲਾ ਕੇ ਮਾਰਦਾ ਆ ਤੇ ਜਿਹੜੀਆਂ ਸ਼ੈਤਾਨ ਦੇ ਕੋ ਚਾਬੀਆਂ ਹੁੰਦੀਆਂ ਜਿਹੜੀ ਉਹ ਕੋ ਅਥੋਰਿਟੀ ਹੁੰਦੀ ਆ ਉਹ ਕਹਿੰਦਾ ਹੁਣ ਮੈਂ ਲੈ ਜਾਣੀ ਹੁਣ ਕਦਾਂ ਮੈਨੂੰ ਦੇ ਦੇ ਤੇ ਉਹ ਲੈ ਲੀਂਦਾ ਉਤੋਂ ਉਹ অথরিটি ਆਪਾਂ ਨੂੰ ਇਸ ਵੇਲੇ ਦੇ ਰਿਹਾ ਆ ਉਹ অথরিটি ਇਸ ਵੇਲੇ ਸਾਨੂੰ ਇਨਵੀਟੇਸ਼ਨ ਮਿਲ ਰਿਹਾ ਆ ਤੁਸੀਂ ਉਹ ਲੈ ਸਕਦੇ ਆ ਤੁਹਾਡੇ ਵਾਸਤੇ ਯਿਸੂ ਮਸੀਹ ਨੇ ਕੀਮਤ ਪੇਗੀਤੀ ਹੋਈ ਆ ਬਹੁਤ ਕਲੀਅਰ ਆ ਪਰ ਹੋਰ ਵੀ ਬਹੁਤ ਅੱਜ ਦਾ ਦੇਖ ਸਕਦੇ ਸੀ ਪਰ ਆਪਣੇ ਕੋ ਘੰਟਾ ਕੀ ਹੁੰਦਾ ਆ ਇਸ ਕਰਕੇ ਆਪਾਂ ਮੁੜ ਕੇ ਰੀਕੈਪ ਕੀਤਾ ਤੁਸੀਂ ਮੁੜ ਕੇ ਫੇਰ ਨੂੰ ਸੁਣਨਾ ਤੇ ਤੁਸੀਂ ਸਮਝ ਸਕਦੇ ਆਂ ਅਮਨ ਅਖੀਰ ਦੇ ਵਿੱਚ ਆਪਾਂ ਇਹ ਦੇਖਣਾ ਆ ਪਰਮੇਸ਼ਰ ਨੇ ਜੇ ਤੁਸੀਂ ਹੱਲੇ ਉਹਨੂੰ ਪਾਇਆ ਨਹੀਂ ਹੈਗਾ ਪਾਪਾਂ ਦੀ ਮਾਫੀ ਮਿਲੀ ਨਹੀਂ ਹੈਗੀ ਫਿਰ ਤੁਹਾਡੇ ਕੋਲ ਅਥਾਰਟੀ ਹੋ ਹੈ ਨਹੀਂਗੀ ਸ਼ੈਤਾਨ ਨੇ ਤੁਹਾਡੇ ਨਾਲ ਦੇਖ ਕੇ ਹੱਸਣਾ ਆ ਜਾਂ ਤੁਸੀਂ ਕਿਤੇ ਕਿਸੇ ਦਿਨ ਯਿਸੂ ਮਸੀਹ ਨੂੰ ਪਾਇਆ ਸੀ ਪਰ ਹੁਣ ਪਾਪਾਂ ਦੇ ਵਿੱਚ ਰਹਿੰਦੇ ਆਂ ਫੇਵਨੀ ਹੋਣੇ ਤੁਹਾਡੇ ਕੋ ਆਖੇ ਲੱਗਣਾ ਹੈਗਾ ਕਰਕੇ ਤੁਸੀਂ ਪਾਪ ਦੇ ਵਿੱਚ ਰਹਿੰਦੇ ਆ ਓਕੇ ਸਾਨੂੰ ਆਪਣੇ ਆਪ ਨੂੰ ਸਾਫ਼ ਕਰਨ ਦੀ ਜਰੂਰਤ ਆ ਸੋ ਇਥੋਂ ਆਪਾਂ ਪੜ੍ਹਦੇ ਆ ਰੋਮਨਸ ਚੈਪਟਰ 6 ਵਰਸ 20 ਟੂ 23 ਹਾਂਜੀ ਰੋਮੀਆਂ ਉਹਦਾ ਚੀਵਾ ਚੈਪਟਰ B ਤੋਂ ਲੈ ਕੇ 23 ਤੱਕ ਹਾਂਜੀ ਜਾਂ ਤੁਸੀਂ ਪਾਪ ਦੇ ਦਾਸ ਸੋ ਤਾਂ ਧਰਮ ਤੋਂ ਆਜ਼ਾਦ ਸੀ ਸੋ ਸੋ ਉਸ ਵੇਲੇ ਤੁਹਾਨੂੰ ਉਹਨਾਂ ਗੱਲਾਂ ਤੋਂ ਕੀ ਫਲ ਮਿਲਿਆ ਆ ਸਹੀ ਹੈ ਹਾਂਜੀ ਜਿਨ੍ਹਾਂ ਕਰਕੇ ਉਹ ਤੁਹਾਨੂੰ ਲੱਜਿਆ ਆਉਂਦੀ ਹੈ ਕਿਉਂ ਜੋ ਉਹਨਾਂ ਦਾ ਉੜਕ ਮੌਤ ਹੈ ਪਰ ਹੁਣ ਤੁਸੀਂ ਪਾਪ ਤੋਂ ਛੁੱਟ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਪਵਿੱਤਰਤਾਜ ਦੇ ਲਈ ਆਪਣਾ ਫਲ ਅਤੇ ਉੜਕ ਨੂੰ ਸਦੀਪਕ ਜੀਵਨ ਪਾਉਂਦੇ ਹੋ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ ਪਰ ਪਰਮੇਸ਼ਰ ਦੀ ਬਖਸ਼ੀਸ਼ ਯਿਸ ਮਸੀਹ ਯਿਸੂ ਸਾਡੇ ਪ੍ਰਭੂ ਦੇ ਵਿੱਚ ਸਦੀਪਕ ਜੀਵਨ ਹੈ ਆਮਨ ਜਿਹੜਾ পাপ ਸੀ ਸਾਨੂੰ ਨਰਕਾ ਨੂੰ ਲਿਜਾ ਰਿਹਾ ਸੀ ਪਰ ਪਰਮੇਸ਼ਰ ਨੇ ਸਾਡੇ ਤੇ ਰਹਿਮ ਕੀਤਾ ਆਮਨ ਯਿਸੂ ਮਸੀਹ ਨੇ ਉਹ ਕੀਮਤ ਦੇ ਦਿੱਤੀ ਆ ਇਹ ਹੀ ਆਪਾਂ ਕੋਲੋਸੀਆਂ ਵਿੱਚ ਪੜ੍ਹ ਕੇ ਹਟਿਆ ਇਹ ਹੀ ਸਾਨੂੰ ਦੱਸ ਰਿਹਾ ਆ ਕਹਿੰਦਾ ਫੋਰ ਦਾ ਵੇਜਸ ਆਫ ਸਿਨ ਇਸ ਡੈਥ ਥੀਮੀਅ ਹੈਥ ਵਿੱਚ 23 ਫੋਰ ਦਾ ਵੇਜਸ ਆਫ ਸਿਨ ਇਸ ਡੈਥ ਇਹ ਤੇ ਨਹੀਂ ਕਹਿੰਦਾ ਇਦਾਂ ਨਹੀਂ ਕਹਿੰਦਾ ਕਿ ਸਿਨਸ ਬਹੁਤ ਪਾਪ ਇੱਕ ਪਾਪ ਹੀ ਇਹ ਸਾਨੂੰ ਮੌਤ ਵਿੱਚ ਲੈ ਜਾਂਦੀ ਹੈ ਇੱਕ ਪਾਪ ਹੀ ਸਾਨੂੰ ਨਰਕਾ ਦੇ ਵਿੱਚ ਲੈ ਜਾਂਦੀ ਹੈ ਦ ਵੇਜਸ ਆਫ ਸਿਨ ਇਜ਼ ਡੈਥ ਬਟ ਦ ਗਿਫਟ ਆਫ ਗੋਡ ਪਰਮੇਸ਼ਰ ਦਾ ਜਿਹੜਾ ਤੋਹਫਾ ਆ ਗਿਫਟ ਆ ਉਹ ਫਰੀਆ ਉਹਦੇ ਨਾਲ ਸਾਨੂੰ ਸਦਾ ਦਾ ਜੀਵਨ ਮਿਲ ਜਾਂਦਾ ਆਮਨ which is in christ jesus ਜਿਹੜੀ ਯਿਸੂ ਮਸੀਹ ਦੇ ਵਿੱਚ ਮਿਲਦੀ ਆ ਅੱਜ ਸਾਨੂੰ ਸੱਦਾ ਦੇ ਰਿਹਾ ਆ ਭੈ ਭਰਾਓ ਜੇ ਤੁਸੀਂ ਅੱਗੇ ਨਹੀਂ ਪਤਾ ਸੀ ਅੱਜ ਤੁਹਾਨੂੰ ਅਸੀਂ ਦੱਸ ਰਹੇ ਆ ਯਿਸੂ ਮਸੀਹ ਤੁਹਾਡੀ ਮੌਤੇ ਮਰ ਗਿਆ ਸੀ ਯਾ ਤੁਹਾਡੇ ਪਾਪਾਂ ਦੀ ਕੀਮਤ ਉਹਨੇ ਕਰਾਸ ਉੱਤੇ ਦੇ ਦਿੱਤੀ ਸੀ ਤੇ ਉਹ ਅੱਜ ਤੁਹਾਨੂੰ ਸੱਦਾ ਦੇ ਰਿਹਾ ਆ ਯਾ ਕਹਿੰਦਾ ਜੇ ਤੁਸੀਂ ਉਹ ਕਬੂਲ ਕਰ ਲਓਗੇ ਜੇ ਤੁਸੀਂ ਮੰਨ ਜਾਓਗੇ ਬਈ ਯਿਸੂ ਮਸੀਹ ਨੇ ਤੁਹਾਡੀ ਪਾਪਾਂ ਦੀ ਕੀਮਤ ਦੇ ਦਿੱਤੀ ਸੀਗੀ ਤੁਸੀਂ ਅੱਜ ਆਜ਼ਾਦ ਹੋ ਸਕਦੇ ਆ ਤੁਸੀਂ ਅੱਜ ਫ੍ਰੀ ਹੋ ਸਕਦੇ ਆ ਜੇ ਤੁਸੀਂ ਯਿਸੂ ਮਸੀਹ ਦੇ ਸਰੀਰ ਦੇ ਮੈਂਬਰ ਬਣ ਜਾਣਾ ਤੇ ਤੁਹਾਡੇ ਕੋ ਵੀ ਉਹ ਅਥਾਰਟੀ ਮਿਲ ਜਾਣੀ ਆ ਜਿਹੜੀ ਅਥਾਰਟੀ ਦੇ ਬਾਰੇ ਅੱਜ ਆਪਾਂ ਗੱਲ ਕਰ ਰਹੇ ਆ ਉਹੋ ਇਕਤਿਆਰ ਮਿਲ ਜਾਣਾ ਜਿਹੜਾ ਅੱਜ ਆਪਾਂ ਸਿੱਖ ਰਹੇ ਆ ਅੱਜ ਫੈਸਲਾ ਕਰਨ ਦੀ ਜ਼ਰੂਰਤ ਆ ਜੇ ਤੁਸੀਂ ਇਸ ਵੇਲੇ ਆਪ੍ਰੈਸ਼ਨ ਡਿਪਰੈਸ਼ਨ ਦੇ ਥੱਲੇ ਆਂ ਜੇ ਤੁਹਾਡੇ ਨਾਲ ਦੁੱਖ ਆਤਮਾ ਤੁਹਾਡੇ ਨਾਲ ਤੰਗੀ ਕਰ ਰਿਹਾ ਆ ਜੇ ਇਸ ਵੇਲੇ ਤੁਸੀਂ ਸਫਰ ਕਰ ਰਹੇ ਆ ਤੁਹਾਨੂੰ ਕੱਲ ਦੀ ਜਰੂਰਤ ਨਹੀਂ ਹੈਗੀ ਜੀਸਸ ਨੇ ਤੁਹਾਡੇ ਵਾਸਤੇ ਪ੍ਰਾਈਸ ਪੇ ਕੀਤੀ ਆ ਤੁਸੀਂ ਫ੍ਰੀ ਹੋ ਸਕਦੇ ਆ ਆਮਨ ਇਹ ਅੱਜ ਦਾ ਆਪਣਾ ਸੁਨੇਹਾ ਆ ਦੋ ਚੀਜ਼ਾਂ ਸਰਿੰਦਰ ਕਹੋਗੇ ਉਸ ਤੋਂ ਬਾਅਦ ਮੈਂ ਪ੍ਰੇ ਕਰੂੰਗਾ ਜੇ ਤੁਸੀਂ ਅੱਜ ਜਿਸ ਨੂੰ ਸਾਨੂੰ ਆਪਣਾ ਮੁਕਤੀ ਦਾਤਾ ਬਣਾਉਣਾ ਚਾਹੁੰਦੇ ਆ ਤੇ ਅੱਜ ਤੁਸੀਂ ਬਣ ਸਕਦੇ ਅੱਜ ਹੀ ਉਸਾਰਟੀ ਤੁਹਾਨੂੰ ਮਿਲ ਜੂਗੀ ਅੱਜ ਹੀ ਸਦਕਾ ਜੀਵਨ ਮਿਲ ਜੂਗਾ ਅੱਜ ਹੀ ਤੁਸੀਂ ਉਹਨਾਂ ਦੇ ਬੇਟੇ ਬੇਟੀਆਂ ਬਣ ਜੂਗੇ ਇਨ ਸ਼ੀਤੀ ਇਨ ਈਜ਼ੀ ਪਰਮੇਸ਼ਰ ਨੇ ਸਾਡੇ ਵਾਸਤੇ ਕੀਤਾ ਸੋ ਅੱਜ ਆਪਾਂ ਮੌਕਾ ਘੋਣਾ ਨਹੀਂ ਹੈਗਾ ਅੱਜ ਆਪਾਂ ਉਹਨੂੰ ਕਬੂਲ ਕਰ ਲੈਣਾ ਹੈ ਹਾਂਜੀ ਪ੍ਰੇਸਰ ਹਾਂਜੀ ਜਿਹੜੀ ਆਪਾਂ ਕਹਿੰਦੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਖੁਸ਼ਖਬਰੀ ਦੂਜਿਆਂ ਨੂੰ ਦੱਸੋ ਇਹ ਹੀ ਖੁਸ਼ਖਬਰੀ ਆ ਕਿ ਅਸੀਂ ਨਰਕਾਂ ਦੀ ਅੱਗ ਨੂੰ ਝਾਰਿਆ ਸੀਗੇ ਅਸੀਂ ਪਰਮੇਸ਼ਰ ਨਾਲੋਂ ਜੁਦਾ ਸੀਗੇ ਜਦੋਂ ਮੈਂ ਕਹਿੰਨੀ ਅਸੀਂ ਹਿਊਮਨ ਬੀਿੰਗ ਇਨਸਾਨ ਜੋ ਕਿ ਐਡਮ ਤਾਂ ਇਵ ਨੇ ਪਾਪ ਕੀਤਾ ਸੀ ਪਰਮੇਸ਼ਰ ਦੇ ਅੱਖੇ ਨਹੀਂ ਸੀਗੇ ਲੱਗੇ ਤੇ ਅੱਜ ਸਾਡੇ ਜੀਵਨ ਦੇ ਵਿੱਚ ਵੀ ਆਪਾਂ ਦੇਖ ਸਕਦੇ ਆਂ ਆਪਾਂ ਆਪਣੇ ਪਰਸਨਲ ਜੀਵਨ ਦੇ ਵਿੱਚ ਕਿ ਜੇ ਪਰਮੇਸ਼ੁਰ ਦੇ ਕਿੱਥੇ ਅੱਖੇ ਨਹੀਂ ਲੱਗੀ ਹੋਏਗੇ ਤਾਂ ਫੇਖੋ ਖੁਸ਼ੀ ਇਹ ਨਹੀਂ ਗੱਲ ਵਾ ਇਹ ਦੀ ਗੱਲ ਨਹੀਂ ਹੈਗੀ ਕਿ ਅਸੀਂ ਪਾਪੀ ਸੀਗੇ ਪਰ ਇਹਦੇ ਵਿੱਚ ਖੁਸ਼ੀ ਆ ਕਿ ਪਿਤਾ ਪਰਮੇਸ਼ੁਰ ਨੇ ਓਨ ਤੋਂ ਸਾਨੂੰ ਛਤਕਾਰਾ ਦੇਣ ਵਾਸਤੇ ਕੋਈ ਇੰਤਜ਼ਾਮ ਕਰ ਦਿੱਤਾ ਆਮਨ ਉਹ ਹੈਗਾ ਯਿਸੂ ਮਸੀਹ ਨੂੰ ਭੇਜਿਆ ਦੈਟਸ ਰਾਈਟ ਤੇ ਉਹਨਾਂ ਨੇ ਕਰਾਸ ਦੇ ਉੱਤੇ ਮੇਰੇ ਵਾਸਤੇ ਤੁਹਾਡੇ ਵਾਸਤੇ ਜਿੰਨੇ ਵੀ ਇਸ ਦੁਨੀਆ ਦੇ ਵਿੱਚ ਉਹਨਾਂ ਵਾਸਤੇ ਆਪਣੀ ਜਾਨ ਦੇ ਦਿੱਤੀ ਦੈਟਸ ਰਾਈਟ ਤਾਂ ਕਿ ਜਿੰਨੇ ਵੀ ਉਹਤੇ ਬਚਨ ਚ ਲਿਖਿਆ ਜਿੰਨੇ ਵੀ ਉਹਤੇ ਨੇਚਾ ਕਰਨਗੇ ਉਹ ਬਚਾਏ ਜਾਣਗੇ ਬਚਾਏ ਜਾਣਗੇ ਕਾਹਦੇ ਤੋਂ ਬਚਾਏ ਜਾਣਗੇ ਮੌਤ ਤੋਂ ਪਰਮੇਸ਼ਰ ਦੀ ਜਿਦਾਈ ਤੋਂ ਦੈਟਸ ਰਾਈਟ ਤਾਂ ਹੀ ਮੈਂ ਕਹਿੰਦੀ ਆ ਜਿੱਦਾਂ ਪਾਸਟਰ ਜੀ ਕਹਿੰਦੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਜਾਂ ਕਈਆਂ ਨੂੰ ਪਤਾ ਨਹੀਂ ਕਿ ਅਸੀਂ ਆਪਣੀ ਸਾਡੇ ਕੋਲ ਇਖਤਿਆਰ ਕਿੱਦਾਂ ਵਰਦੀ ਹੈ ਮੈਨੂੰ ਲੱਗਦਾ ਆ ਬਹੁਤ ਵਾਰੀ ਸਾਡੇ ਕੋਲ ਨੋਲਿਜ ਹੈ ਨਹੀਂ ਬਚਨਾਂ ਦੀ ਫੈਸੇ ਸੀ ਵਰਤਨਾ ਕਿਦਾਂ ਹੈ ਸੋ ਸਾਨੂੰ ਜ਼ਰੂਰੀ ਆ ਕਿ ਅਸੀਂ ਬਚਨ ਪੜਨੇ ਸ਼ੁਰੂ ਕਰੀਏ ਇਹ ਬਚਨ ਜਿਹੜੀ ਬਾਈਬਲ ਆ ਇਹਦੇ ਵਿੱਚ ਹੀ ਸਾਰਾ ਕੁਝ ਲਿਖਿਆ ਆ ਜੇ ਅਸੀਂ ਗਲਤ ਵੀ ਆ ਤਾਂ ਵੀ ਸਾਨੂੰ ਇਹ ਪੜ ਕੇ ਇਦਾਂ ਪਤਾ ਲੱਗਦਾ ਜਿਦਾ ਅਸੀਂ ਸ਼ੀਸ਼ੇ ਵਿੱਚ ਆਪਣੀ ਸ਼ਕਲ ਦੇਖਦੇ ਆ ਤੇ ਜੇ ਮੂੰਹ ਤੋਂ ਹਉਣ ਵਾਲਾ ਹੈ ਫੇਰ ਹੀ ਪਤਾ ਲੱਗਦਾ ਆ ਜੇ ਕੋਈ ਬਲਾਈਂਡ ਆ ਉਹਨੂੰ ਪਤਾ ਨਹੀਂ ਲੱਗਣਾ ਰੂਮ ਦੇ ਵਿੱਚ ਕਿੰਨਾ ਕੁ ਖਲਾਰਾ ਆ ਕੀ ਆ ਵੈਰੀ ਨੇ ਸਾਡੀਆਂ ਅੱਖਾਂ ਬੰਦ ਕੀਤੀਆਂ ਆ ਤਾਂ ਹੀ ਸਾਨੂੰ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਸਾਨੂੰ ਚਾਨਣ ਆਉਂਦਾ ਆ ਸਾਨੂੰ ਲੋ ਆਉਂਦੀ ਆ ਸਾਨੂੰ ਪਵਿੱਤਰ ਆਤਮਾ ਦਿਖਾ ਲਦੇ ਆ ਕਿ ਆਹ ਰਾਸਤਾ ਸਹੀ ਆ ਤੇ ਆਹ ਗਲਤ ਤੁਸੀਂ ਇੱਧਰ ਨੂੰ ਜਾਓ ਚਾਹੇ ਅਸੀਂ ਯਿਸੂ ਮਸੀਹ ਨੂੰ ਪਾ ਵੀ ਲਿਆ ਆਪਣਾ ਜੀਵਨ ਉਹਨਾਂ ਨੂੰ ਜਦੋਂ ਅਸੀਂ ਕਹਿੰਦੇ ਜਿਸੂ ਮਸੀਹ ਨੂੰ ਪਾ ਲਿਆ ਇਹਦਾ ਮਤਲਬ ਇਹ ਨਹੀਂ ਕੱਪੜੇ ਪਾ ਲਿਆ ਯਿਸੂ ਮਸੀਹ ਨੂੰ ਆਪਣੇ ਅੰਦਰ ਸੱਦ ਲਿਆ। ਅਮੇਨ। ਇੰਵਿਟੇਸ਼ਨ ਆਪਣੇ ਪਾਪਾਂ ਤੋਂ ਤੋਬਾ ਕਰ ਲਈ ਤਾਂ ਅਸੀਂ ਇਦਾਂ ਕਹਿੰਨੇ ਯਿਸੂ ਅਸੀਂ ਨੂੰ ਪਾਲਿਆ। ਇੱਕ ਕੁਐਸਚਨ, ਇੱਕ ਲੈਂਗੁਏਜ ਆ ਮਸੀਹ। ਪਰ ਸੱਚੀ ਗੱਲ ਵਾ ਜਦੋਂ ਅਸੀਂ ਯਿਸੂ ਮਸੀਹ ਨੂੰ ਆਪਣਾ ਸੱਦਾ ਦੇ ਦਿੰਨੇ ਕਿ ਤੁਸੀਂ ਮੇਰੇ ਦਿਲ ਵਿੱਚ ਰਾਜ ਕਰੋ, ਮੇਰੇ ਪਾਪਾਂ ਤੋਂ ਮੈਨੂੰ ਮਾਫ ਕਰੋ। ਤੇ ਉਹ ਸਾਡੇ ਕੋਲ ਸਾਡੇ ਅੰਦਰ ਆ ਕੇ ਰਹਿੰਦੇ ਆ। ਪਰ ਫਿਰ ਵੀ ਸਾਨੂੰ ਨੌਲੇਜ ਹੋਣ ਦੀ ਲੋੜ ਆ। ਬਚਨਾਂ ਦੀ ਨੌਲੇਜ। ਯੇਪ। ਕਿਉਂ ਨਹੀਂ ਸਾਡੇ ਵਾਸਤੇ ਕੀ ਕੋਸ਼ਿਸ਼ ਕੀਤਾ ਕੱਲਾ ਇਹ ਨਹੀਂ ਵੀ ਹੁਣ ਸਾਨੂੰ ਸਦਾ ਦਾ ਜੀਵਨ ਮਿਲ ਗਿਆ ਸਦਾ ਦਾ ਜੀਵਨ ਤਾਂ ਮਰ ਸਕਦਾ ਆ ਅਸੀਂ ਉਹ ਤੋਂ ਫੇ ਵੀ ਅਸੀਂ ਦੁਨੀਆ ਦੇ ਵਿੱਚ ਅਖਤਿਆਰ ਤੋਂ ਬਗੈਰੀ ਰਹਿ ਸਕਦੇ ਹਾਂ ਉਹਨੂੰ ਵਰਤਣਾ ਹੀ ਨਹੀਂ ਪਰ ਉਹ ਤਾਂ ਹੀ ਪਤਾ ਲੱਗਣਾ ਜਦੋਂ ਅਸੀਂ ਬਚਨ ਪੜਨ ਲੱਗੇ ਫੇਰ ਹੀ ਰਾਹ ਸਾਨੂੰ ਸਹੀ ਪਤਾ ਲੱਗਦਾ ਆ ਕਈ ਵਾਰੀ ਸਾਡੀ ਆਪਣੀ ਸਮਝ ਹੁੰਦੀ ਆ ਜਿੱਦਾਂ ਬੈਰੀ ਨੇ ਸ਼ਤਾਨ ਨੇ ਜਿਸੂ ਮਸੀਹ ਦੇ ਕੋਲ ਆ ਕੇ ਕਿਹਾ ਕਿ ਜੇ ਤੂੰ ਮੱਥਾ ਟੇਕੇ ਤਾਂ ਆ ਸਾਰਾ ਇਖਤਿਆਰ ਮੇਰੇ ਕੋਲ ਆ ਤਾਂ ਮੈਂ ਤੈਨੂੰ ਇਹਦੇ ਤੇ ਇਖਤਿਆਰ ਦੇ ਦਊਂਗਾ ਤੇ ਬਹੁਤ ਵਾਰੀ ਅੱਜ ਵੀ ਬਹੁਤ ਸਾਰੀਆਂ ਚੀਜ਼ਾਂ ਵੈਰੀ ਸਤਾਨ ਸਾਡੇ ਮੂਹਰੇ ਟੈਸਟ ਲਿਆਉਂਦਾ ਹੈ ਯਾ ਪਰ ਜੇ ਸਾਨੂੰ ਪਤਾ ਹੋਵੇ ਇਹ ਗੱਲ ਤੋਂ ਆ ਤੇ ਆ ਸਹੀ ਆ ਜਿਹਦਾ ਯਿਸੂ ਮਸੀਹ ਨੂੰ ਪਤਾ ਸੀ ਇਹ ਝੂਠਾ ਆ ਮੱਥਾ ਮੈਂ ਹੋਰ ਕਿਸੇ ਨੂੰ ਟੇਕਣਾ ਨਹੀਂ ਕਰਕੇ ਸੈਲਫ ਪਿਤਾ ਪਰਮੇਸ਼ਰ ਨੂੰ ਹੀ ਟੇਕਣਾ ਹੈ ਅਮਨ ਯੈਸ ਸੋਫੀ ਐਸੀ ਪਰਮਾ ਨਹੀਂ ਹੁੰਦੇ ਪਰ ਜੇ ਸਾਡੇ ਕੋਲ ਨੋਲੇਜ ਨਹੀਂ ਹੈਗੀ ਤਾਂ ਇਹ ਕਹਿੰਦਾ ਫੇਕੀ ਹੋ ਗਿਆ ਇੰਨੀ ਕੀ ਗੱਲ ਦਾ ਉਹ ਇੰਨੀ ਇੱਕ ਗੱਲ ਦੇ ਨਾਲ ਹੀ ਇੱਕੋ ਹੀ ਪਾਪ ਦੇ ਨਾਲ ਐਡਮ ਤੇ ਈਵ ਨੇ ਆਪਣੀ ਅਥਾਰਟੀ ਗਵਾਈ ਸੀ ਜਦੋਂ ਪਰਮੇਸ਼ਰ ਦੇ ਅੱਖੇ ਨਹੀਂ ਲੰਮੀ ਸੀ ਤੇ ਅਸੀਂ ਵੀ ਗਵਾ ਸਕਦੇ ਹਾਂ ਅਸੀਂ ਵੀ ਪਿਤਾ ਪਰਮੇਸ਼ਰ ਤੋਂ ਅਲੱਗ ਹੋ ਸਕਦੇ ਹਾਂ ਸੋ ਮੈਨੂੰ ਇਹਦਾ ਲੱਗਦਾ ਹੈ ਇਹ ਨਹੀਂ ਕਿ ਆਪਾਂ ਬਰਤਨੀ ਤਾਂ ਹੈ ਆਉਗੀ ਜੇ ਸਾਨੂੰ ਪਤਾ ਹੋਊਗਾ ਸਾਡੇ ਕੋਲ ਹੈਗਾ ਐ ਕੁਝ ਤੇ ਫੇਰ ਕਿੱਦਾਂ ਬਰਤਨੀ ਆ ਜੇ ਤੁਹਾਨੂੰ ਕੋਈ ਗਨ ਦੇ ਦੇਵੇ ਤੁਸੀਂ ਬੈਰੀ ਦੇ ਗੋਲੀ ਮਾਰਨੀ ਆ ਤੇ ਉਹਦੇ ਲੱਗ ਸਕਦੀ ਆ ਤੇ ਉਹ ਤੁਹਾਡਾ ਸ਼ਟਕਾਰਾ ਹੋ ਸਕਦਾ ਪਰ ਜੇ ਤੁਹਾਨੂੰ ਇਹ ਹੀ ਨਹੀਂ ਪਤਾ ਗਨ ਚਲਾਉਣੀ ਕਿੱਦਾਂ ਆ ਗਨ ਦੇ ਵਿੱਚ ਗੋਲੀ ਹੈਗੀ ਕਿ ਨਹੀਂ ਹੈਗੀ ਕੀ ਉਹਦੇ ਨਾਲ ਹੋ ਸਕਦਾ ਹੈ ਤੇ ਫੇਰ ਤੁਸੀਂ ਉਹ ਇੰਨੀ ਪਾਵਰਫੁਲ ਚੀਜ਼ ਵੀ ਤੁਹਾਡੇ ਲਈ ਬੇਅਰਥ ਆ। ਮੈਂ ਉਹਦਾ ਕੋਈ ਇਖਤਿਆਰ ਨਹੀਂ ਰਹਿਣਾ। ਉਹਦੀ ਕੋਈ ਕੀਮਤ ਨਹੀਂ ਹੈਗੀ। ਸਾਨੂੰ ਪਿਤਾ ਪਰਮੇਸ਼ਰ ਨੇ ਯਿਸੂ ਮਸੀਹ ਨੇ ਸਾਰੀ ਸ਼ਕਤੀ ਦਿੱਤੀ ਕਿ ਸਾਨੂੰ ਦੇ ਦਿੱਤੀ ਆ। ਪਰ ਜੇ ਸਾਨੂੰ ਪਤਾ ਨਹੀਂ ਕੀ ਆ ਸਾਡੇ ਵਾਸਤੇ ਤੇ ਇਹਦੇ ਨਾਲ ਅਸੀਂ ਕੀ ਕਰ ਸਕਦੇ ਆ। ਤੇ ਫਿਰ ਸਾਡੇ ਲਈ ਵੀ ਹੋਊਗਾ ਇਸ ਟਾਈਮ। ਜ਼ਰੂਰ ਮੁਕਤੀ ਮਿਲ ਸਕਦੀ ਹੈ ਤੁਹਾਨੂੰ। ਪਰ ਆਪਣਾ ਜੀਵਨ ਜਿਹੜਾ ਇਸ ਦੁਨੀਆਂ ਦੇ ਵਿੱਚ ਜੀਵਨ ਰਹਿਣਾ ਹੈ। ਉਹ ਸਾਡਾ ਕਿਸਮਾਨ ਵਾਲਾ ਜੀਵਨ ਹੋ ਸਕਦਾ ਹੈ ਜੇ ਸਾਨੂੰ ਇਖਤਿਆਰ ਦਾ ਨਹੀਂ ਪਤਾ ਸੋ ਜ਼ਰੂਰ ਤਾ ਕੋਈ ਸੀ ਬਚਨਾਂ ਨੂੰ ਪੜ੍ਹੀਏ ਤੇ ਪਵਿੱਤਰ ਆਤਮਾ ਜੀ ਤੋਂ ਮਦਦ ਮੰਗিয়ে ਕਰਕੇ ਯਿਸੂ ਮਸੀਹ ਨੇ ਜਦੋਂ ਜਾਣਾ ਸੀ ਕਹਿ ਕੇ ਗਏ ਸੀਗੇ ਕਿ ਮੈਂ ਚੱਲਿਆ ਪਰ ਮੈਂ ਤੁਹਾਨੂੰ ਅਨਾਥ ਨਹੀਂ ਛੱਡਣਾ ਮੈਂ ਤੁਹਾਡੇ ਲਈ ਇੱਕ ਮਦਦਗਾਰ ਭੇਜੂਗਾ ਉਹ ਹੈਗਾ ਪਵਿੱਤਰ ਆਤਮਾ ਯਾ ਸੋ ਸਾਡੇ ਨਾਲ ਨਾਲ ਕੰਮ ਕਰਦਾ ਹੈ ਤਦ ਤੁਸੀਂ ਕਹਿੰਦੇ ਯਿਸੂ ਮਸੀਹ ਨੂੰ ਅਸੀਂ ਆਪਣੇ ਅੰਦਰ ਕਬੂਲ ਕਰ ਲਿਆ ਤੇ ਉਹਦਾ वचन ਕਹਿੰਦਾ ਉਹ ਤੁਹਾਡੇ ਅੰਦਰ ਰਹੂਗਾ ਯਿਸੂ ਮਸੀਹ ਮੇਰੇ ਅੰਦਰ ਕਿੱਦਾਂ ਰਹਿੰਦਾ ਹੈ ਆਪਣੇ ਆਤਮਾ ਦੇ ਰਾਹੀਂ ਕਾਤੇ ਰਹਿੰਦਾ ਹੈ ਸਾਡੀ ਅਗਵਾਹੀ ਕਰੇ ਸਾਡੀ ਹੈਲਪ ਕਰੇ ਸੋ ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਣੀ ਚਾਹੀਦੀ ਹੈ ਯਾ ਹੋਰ ਤਾਂ ਹੋਰ ਗੱਲ ਤਾਂ ਇੱਕ ਪਾਸੇ ਜੇ ਸਾਡੇ ਕੋਲ ਗੈਸ ਔਨ ਕਰਨ ਨੂੰ ਪਤਾ ਨਹੀਂ ਨੌਲੇਜ ਦਾ ਹੋਰ ਚੀਜ਼ਾਂ ਚਲਾਉਣ ਦਾ ਪਤਾ ਨਹੀਂ ਸਾਡੇ ਲਈ ਉਹ ਐਮੀ ਆ ਚਾਹੇ ਕਿੰਨੀ ਕੀਮਤੀ ਹੋਵੇ ਸੋ ਜ਼ਰੂਰ ਤਾਂ ਕਿ ਅਸੀਂ ਆਪਣੇ ਬਚਨਾਂ ਦੇ ਵਿੱਚ ਆਪਣਾ ਧਿਆਨ ਲਾਈਏ ਤੇ ਆਪਣੇ ਆਪ ਨੂੰ ਜਾਣੀਏ ਪ੍ਰਭੂ ਨੇ ਸਾਨੂੰ ਕੀ ਕੁਛ ਦਿੱਤਾ ਤੇ ਅਸੀਂ ਕੌਣ ਹੈਗੇ ਆ ਜਦੋਂ ਅਸੀਂ ਜਾਣਾਂਗੇ ਤੇ ਅਸੀਂ ਫਤਿਹਮੰਦ ਜੀਵਨ ਰਹਿ ਸਕਦੇ ਆ ਤੇ ਦੂਜਿਆਂ ਨੂੰ ਵੀ ਉਹ ਫਤਿਹਮੰਦ ਜੀਵਨ ਬਾਰੇ ਦੱਸ ਸਕਦੇ ਆ ਆਮੇ ਆਪਾ ਪ੍ਰੇਰਿ ਕਰਦੇ ਆ ਸਪੈਸ਼ਲੀ ਆਪਾ ਉਹਨਾਂ ਵਾਸਤੇ ਪ੍ਰੇਰਿ ਕਰੀਏ ਅਸੀਂ ਇਹ ਪਿੱਲੇ ਵੀ ਜਿਹੜੇ ਇਸ ਵੇਲੇ ਯਿਸੂ ਮਸੀਹ ਨੂੰ ਪਾਲਣਾ ਚਾਹੁੰਦੇ ਆ ਆਮੇ ਥੈਂਕ ਯੂ ਫੋਰ ਸਰਗੁਤਾ ਹਿੰਤਵਾ ਦਾ ਤਨਬਾਤ ਤੁਹਾਡੀ ਵੀਡੀਓ ਹੀ ਕਰਦੇ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਤਿਆਰ ਆ ਤੇ ਉਹ ਤੁਹਾਨੂੰ ਆਪਣਾ ਮੁਕਤੀ ਦਾਤਾ ਬਣਾਉਣਾ ਚਾਹੁੰਦੇ ਆ ਉਹ ਵੀ ਮਾਫੀ ਲੈਣਾ ਚਾਹੁੰਦੇ ਆ ਜਿਹੜੀ ਮਾਫੀ ਯਿਸੂ ਮਸੀਹ ਨੇ ਖਰੀਦੀ ਆ ਤਾਂ ਸਰਗੁਤਾ ਜਦੋਂ ਅੱਜ ਤੁਹਾਡੇ ਮੋਰੇ ਦੁਹਾਈ ਦਿੰਦੇ ਆ ਜਦੋਂ ਅੱਜ ਤੁਹਾਨੂੰ ਕਹਿ ਰਹੇ ਆ ਉਹਨਾਂ ਨੂੰ ਰਿਜੈਕਟ ਨਹੀਂ ਕਰਨਾ ਪਰ ਸਰਗੁਤਾ ਇਸ ਵੇਲੇ ਉਹਨਾਂ ਨੂੰ ਐਕਸੈਪਟ ਕਰ ਲੈਣਾ ਆਪਣੇ ਬੇਟੇ ਬੇਟੀਆਂ ਬਣਾ ਲੈਣਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਅਪਉਨਾ ਵਾਸਤੇ ਵੀ ਪ੍ਰੇ ਕਰਾਂਗਾ ਜਿਨ੍ਹਾਂ ਨੂੰ ਇਸ ਵੇਲੇ ਮਿਰਕਲ ਦੀ ਲੋੜ ਆ ਪਰਮੇਸ਼ਰ ਮਿਰਕਲ ਵਰਕਿੰਗ ਪਰਮੇਸ਼ਰ ਆ ਤੇ ਤੁਹਾਡੇ ਵਾਸਤੇ ਉਹ ਕਰੂਗਾ ਸਰਗੁਤਾ ਰਹੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਡੀ ਵਿਦਿਆਈ ਕਰਦੇ ਆ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਜਿੰਨੇ ਵੀ ਇਸ ਵੇਲੇ ਸਫਰ ਕਰ ਰਹੇ ਆ ਜਿੰਨੇ ਵੀ ਇਸ ਵੇਲੇ ਬਿਮਾਰੀਆਂ ਦੇ ਥੱਲੇ ਆ ਆਪਰੇਸ਼ਨ ਡਿਪਰੈਸ਼ਨ ਦੇ ਥੱਲੇ ਆ ਜਿੰਨੇ ਵੀ ਇਸ ਵੇਲੇ ਫੈਮਲੀਆਂ ਦੇ ਪ੍ਰੋਬਲਮਸ ਵਿੱਚ ਆ ਨਿਕਲ ਨਹੀਂ ਹੁੰਦਾ ਸਰਗੁਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਹੁਕਮ ਦਿੰਦੇ ਆ ਉਹਨਾਂ ਵਾਸਤੇ ਰਸਤਾ ਬਣ ਜਵੇ ਉਹਨਾਂ ਵਾਸਤੇ ਸਰਗੁਤਾ ਇੱਕ ਰਾਹ ਬਣ ਜਵੇ ਜਿਹਦੇ ਨਾਲ ਉਹ ਠੀਕ ਹੋ ਸਕਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮਨ ਆਮਨ ਪੇਸ ਦਾ ਲਾਰਡ ਪ੍ਰਭੂ ਸਭ ਕੁਛ ਕਰਨ ਦੀ ਸਮਰਥ ਰੱਖਦਾ ਆ ਪਰ ਤੁਸੀਂ ਪ੍ਰਾਰਥਨਾ ਨੂੰ ਜਾਂ ਜਦੋਂ ਆਪਾਂ ਕਹਿੰਦੇ ਪ੍ਰਾਰਥਨਾ ਕਰੇ ਤੇ ਐਸੀ ਵੇਲੇ ਹੋ ਜਵੇ ਉਦੋਂ ਹੀ ਹੋਣਾ ਜਦੋਂ ਤੁਸੀਂ ਨੇਚਾ ਕਰਨ ਲੱਗ ਪਏ ਆ ਆਮਨ ਆਮਨ ਸੋ ਤੁਹਾਡੀ ਨੇਚਾ ਬਹੁਤ ਜ਼ਰੂਰਤੀ ਆ ਬਹੁਤ ਕੀਮਤੀ ਆ ਤੁਸੀਂ ਆਪਣੀ ਨੇਚਾ ਦੇ ਵਿੱਚ ਮਜ਼ਬੂਤ ਹੋਵੋ ਤੇ ਪਰਮੇਸ਼ਰ ਜੋ ਤੁਸੀਂ ਚਾਹੁੰਦੇ ਆ ਉਹ ਕਰਨ ਦੀ ਸਮਰਥ ਰੱਖਦੇ ਆ ਯਾ ਸੋ ਆਪਣੇ ਆਪ ਨੂੰ ਨੀਮਾ ਨਹੀਂ ਹੋਣ ਦੇਣਾ ਆਪਣੇ ਆਪ ਨੂੰ ਡਿਗਣ ਨਹੀਂ ਦੇਣਾ ਹੌਸਲਾ ਰੱਖਣਾ ਕਿ ਪਰਮੇਸ਼ਰ ਮੇਰੇ ਵੱਲ ਆ ਤੇ ਮੇਰੇ ਬਰਧ ਕੌਣ ਖੜਾ ਰਹਿ ਸਕਦਾ ਹੈ ਅਮਨ ਸੋ ਅੱਜ ਆਪਾਂ ਇਥੇ ਮੀਟਿੰਗ ਫਿਨਿਸ਼ ਕਰਦੇ ਆ ਤੇ ਆਪਾਂ ਪ੍ਰਾਰਥਨਾ ਕਰਦੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਤਿਆਰ ਰਹਿਣਾ ਹੈ ਕਿ ਇਹ ਯਿਸੂਸੀ ਆ ਜਾਣ ਯਾ ਤਾਂ ਆਪਾਂ ਨਾਲ ਜਾਣ ਵਾਲੇ ਬਣ ਸਕੀਏ ਉਹਨਾਂ ਪੰਜ ਕੁਵਾਰੀਆਂ ਵਰਗੇ ਪਿੱਛੇ ਨਾ ਰਹਿ ਜਾਈਏ ਯਾ ਆਪਣੇ ਆਪ ਨੂੰ ਧੋਖਾ ਦੇ ਕੇ ਪਿੱਛੇ ਰਹਿਣ ਵਾਲੇ ਨਾ ਹੋਈਏ ਪਰ ਆਪਣੇ ਆਪ ਨੂੰ ਤਿਆਰ ਕਰਕੇ ਯਿਸੂ ਮਸੀਹ ਦੇ ਨਾਮ ਵਿੱਚ ਨਾਲ ਜਾਣ ਵਾਲੇ ਬਣ ਜਾਈਏ ਤੇ ਬਹੁਤ ਸਾਰਿਆਂ ਨੂੰ ਨਾਲ ਇਕੱਠੇ ਕਰ ਲਈਏ ਆਮੈਂ ਅਮੈਂ ਤੇ ਅੱਜ ਆਪਾਂ ਫਿਨਿਸ਼ ਕਰਦੇ ਹੋਏ ਇਹ ਵੀ ਕਮਾਂਗੇ ਕਿ ਆਉਣ ਵਾਲੇ ਸੰਡੇ ਨੂੰ ਜਿਹੜਾ ਐਤਵਾਰ ਆਉਣਾ ਹੈ ਉਦੋਂ 3:30 ਵਜੇ ਤੁਸੀਂ ਜਰੂਰ ਸਾਡੇ ਨਾਲ ਜਿਓ ਤੇ ਫਰਡੇ ਨੂੰ ਵੀ ਜੇ ਪ੍ਰਭੂ ਨੇ ਚਾਇਆ ਕਿ ਆਪਾਂ ਇਸ ਦੁਨੀਆ ਵਿੱਚ ਹੈਗੇ ਆ ਤੇ ਜਰੂਰ ਆਪਾਂ ਮਿਲੀਏ ਪਰ ਧਿਆਨ ਰੱਖਿਓ ਆਪਣਾ ਵੀ ਤੇ ਦੂਜਿਆਂ ਦਾ be blessed to be blessed with us god amen bless you. hallelujah praise god thank you father